ਅੱਜ ਦਾ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਰਲੇਪ ਕੈਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਹਾਜ਼ਰੀਨ, ਜਿਸ ਤਰ੍ਹਾਂ ਤੁਸੀਂ ਸਾਨੂੰ ਇਹ ਪ੍ਰੋਗਰਾਮ ਦੇਖ ਕੇ ਕਾਲ ਕਰਦੇ ਹੋ ਅਤੇ ਤੁਸੀਂ ਜੋ ਪ੍ਰੋਗਰਾਮ ਹੈ ਉਹ ਤੁਹਾਨੂੰ ਪਸੰਦ ਆ ਰਿਹਾ ਹੈ, ਇਹਦੇ ਲਈ ਤੁਹਾਡਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਵੱਲੋਂ ਹਮੇਸ਼ਾ ਹੀ ਇਹ ਉਹਨਾਂ ਦਾ ਕਮਿਊਨਿਟੀ ਲਈ ਇੱਕ ਯੋਗਦਾਨ ਰਿਹਾ ਹੈ ਕਿ ਜਿੰਨੇ ਵੀ ਆਪਣੇ ਸਰੋਤੇ ਹਨ ਜਾਂ ਦਰਸ਼ਕ ਹਨ ਉਹਨਾਂ ਨੂੰ ਮੈਂਟਲ ਹੈਲਥ ਸੰਬੰਧੀ, ਫਿਜ਼ੀਕਲ ਹੈਲਥ ਸੰਬੰਧੀ, ਪਰਿਵਾਰਕ ਰਿਸ਼ਤਿਆਂ ਵਿੱਚ ਜੋ ਪ੍ਰੋਬਲਮਸ ਆਉਂਦੀਆਂ ਨੇ, ਬੱਚਿਆਂ ਦੀਆਂ ਜੋ ਪ੍ਰੋਬਲਮਸ ਨੇ, ਬਜ਼ੁਰਗਾਂ ਨਾਲ ਜੋ ਪ੍ਰੋਬਲਮ ਰਿਲੇਟਡ ਨੇ, ਉਹਨਾਂ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਸ ਵੱਲੋਂ ਹੋਰ ਬਹੁਤ ਸਾਰੇ ਪ੍ਰੋਗਰਾਮ, ਜਿਸ ਤਰ੍ਹਾਂ ਸੈਟਲਮੈਂਟ ਜੋ ਨਿਊ ਕਮਰਸ ਕੈਨੇਡਾ ਦੇ ਵਿੱਚ ਆਉਂਦੇ ਹਨ ਉਹਨਾਂ ਦੇ ਪੁਨਰ ਨਿਵਾਸ ਲਈ ਬਹੁਤ ਸ਼ਲਾਘਾਯੋਗ ਜਿਹੜੇ ਕਦਮ ਹੈਗੇ ਆ ਉਹ ਪੱਟੇ ਗਏ ਨੇ। ਔਰ ਜਿਹੜੇ ਨਵੀਂ ਨਿਊ ਇਮੀਗ੍ਰਾਂਟਸ ਆ ਉਹਨਾਂ ਨੂੰ ਇਸ ਦੇ ਨਾਲ ਕਾਫੀ ਜਿਹੜੀ ਹੈ ਉਹ ਮਦਦ ਮਿਲਦੀ ਹੈ। ਸੋ ਜਦੋਂ ਨਿਊ ਕਮਰਸ ਦੇ ਨਾਲ ਹੋਰ ਬਹੁਤ ਸਾਰੀਆਂ ਮੁਸ਼ਕਲ ਜਿਹੜੀਆਂ ਹੈਗੀਆਂ ਉਹ ਵੀ ਵਾਬਸਤਾ ਹਨ, ਸੋ ਉਸ ਲਈ ਗੱਲਬਾਤ ਅਸੀਂ ਅੱਜ ਕਰਾਂਗੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਸੀਈਓ ਬਲਦੇਵ ਮੋਟਾ ਜੀ ਨਾਲ। ਬਲਦੇਵ ਮੋਟਾ ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਨਰਲੇਪ ਜੀ, ਤੁਹਾਡਾ ਵੀ ਅਤੇ ਆਪਣੇ ਜਿੰਨੇ ਸਾਰੇ ਦਰਸ਼ਕ ਆਪਾਂ ਨੂੰ ਦੇਖ ਰਹੇ ਆ ਉਹਨਾਂ ਨੂੰ ਮੇਰੀ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਬਲਦੇਵ ਜੀ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਜਦੋਂ ਇੱਕ ਨਿਊ ਇਮੀਗ੍ਰਾਂਟ ਕੈਨੇਡਾ ਦੇ ਵਿੱਚ ਆਉਂਦਾ ਉਹਦੇ ਲਈ ਇਹ ਸਾਰਾ ਕੁਛ ਨਵਾਂ ਹੁੰਦਾ, ਔਰ ਉਸ ਨਵੇਂਪਨ ਦੇ ਵਿੱਚ ਉਹ ਕਾਫੀ ਜਿਹੜੀ ਹੈਗੀ ਆ ਸਮੱਸਿਆਵਾਂ ਦੇ ਵਿੱਚੋਂ ਦੀ ਗੁਜ਼ਰਦਾ ਹੈ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਨੀ ਹੈ ਕਿ ਜਦੋਂ ਇੱਕ ਨਿਊ ਇਮੀਗ੍ਰਾਂਟ ਕੈਨੇਡਾ ਦੇ ਵਿੱਚ ਆਉਂਦਾ ਅਤੇ ਜਿਹੜਾ ਸਾਰਾ ਕਾਨੂੰਨ ਨਵਾਂ, ਇੱਥੋਂ ਦਾ ਜਿਹੜਾ ਵਾਤਾਵਰਨ ਉਹ ਨਵਾਂ, ਕੁਛ ਵੈਦਰ ਇਫੈਕਟ ਕਰਦਾ, ਕੁਛ ਉਹਨਾਂ ਦੇ ਜਿਹੜੇ ਉਹਨਾਂ ਨੇ ਪੁਨਰ ਨਿਵਾਸ ਕਰਨਾ, ਆ ਕੇ ਜਿਹੜਾ ਜੋਬ ਦੀ ਸਰਚ ਕਰਨੀ ਆ ਔਰ ਰਹਿਣ ਸਹਿਣ ਦਾ ਸਾਰਾ ਕੁਛ, ਜਿੱਥੋਂ ਵੀ ਉਹ ਬੈਕ ਹੋਮ ਤੋਂ ਆਉਂਦਾ, ਉਹ ਚਾਹੇ ਇੰਡੀਆ ਤੋਂ ਹੋਵੇ ਜਾਂ ਦੁਨੀਆ ਦੇ ਕਿਸੇ ਹੋਰ ਖਿੱਤੇ 'ਚ ਹੋਵੇ, ਸੋ ਉਹਦੇ ਨਾਲ ਇੱਕ ਜਿਹੜੀ ਚੀਜ਼ ਮੈਂਟਲ ਹੈਲਥ ਜਿਹੜੀ ਹੈਗੀ ਉਹ ਵੀ ਜੁੜੀ ਹੈਗੀ ਹੈ। ਸੋ ਨਿਊ ਇਮੀਗ੍ਰਾਂਟ ਦੇ ਉੱਪਰ ਮੈਂਟਲ ਹੈਲਥ ਕੀ ਅਸਰ ਪਾਉਂਦੀ ਹੈ ਤੁਹਾਡੇ ਹਿਸਾਬ ਦੇ ਨਾਲ, ਤੁਹਾਡੇ ਤਜਰਬੇ ਮੁਤਾਬਿਕ? ਜੀ, ਇੱਕ ਤਾਂ ਆਪਾਂ ਨੂੰ ਇਸ ਚੀਜ਼ ਦਾ ਧਿਆਨ 'ਚ ਰੱਖਣਾ ਚਾਹੀਦਾ ਕਿ ਕਈ ਵਾਰੀ ਜਦੋਂ ਆਪਾਂ ਕੈਨੇਡਾ ਦੇ ਵਿੱਚ ਸੈਟਲ ਹੁੰਦੇ ਹਾਂ ਤਾਂ ਆਪਾਂ ਨੇ ਨਾ ਐਕਸਪੈਕਟ ਨਹੀਂ ਕੀਤਾ ਹੁੰਦਾ ਜਿਹੜੀਆਂ ਮੁਸ਼ਕਲਾਂ ਆਪਾਂ ਨੂੰ ਆਉਂਦੀਆਂ। ਜੀ, ਮਿਸਾਲ ਦੇ ਤੌਰ 'ਤੇ ਇਹ ਆਮ ਆਪਾਂ ਨੂੰ ਐਕਸਪੀਰੀਅੰਸ ਆ ਕਿ ਜਦੋਂ ਆਪਾਂ ਨਵੇਂ ਕੰਟਰੀ ਦੇ ਵਿੱਚ ਸੈਟਲ ਹੁੰਦੇ ਹਾਂ ਤਾਂ ਆਪਾਂ ਨੂੰ ਜੋਬ ਲੱਭਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ, ਕੰਮ ਦੀਆਂ ਜਾਣੀ ਕਾਫੀ ਮੁਸ਼ਕਲਾਂ। ਜਦੋਂ ਆਪਾਂ ਕਿਸੇ ਉੱਚ ਅਹੁਦੇ ਤੋਂ ਆਪਣੇ ਮੁਲਕ ਤੋਂ ਆਉਂਦੇ ਹਾਂ ਅਤੇ ਇੱਥੇ ਆ ਕੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਉਸੇ ਤਰ੍ਹਾਂ ਦਾ ਹੀ ਐਕਸਪੀਰੀਅੰਸ ਦੇ ਬੇਸ 'ਤੇ ਸਾਨੂੰ ਜੋਬ ਮਿਲ ਜੂਗੀ, ਅਤੇ ਜਦੋਂ ਨਹੀਂ ਮਿਲਦੀ ਉਦੋਂ ਮਾਨਸਿਕ ਪਰੇਸ਼ਾਨੀ ਬਹੁਤ ਵੱਧ ਜਾਂਦੀ ਆ। ਉਦੋਂ ਸਾਨੂੰ ਕਈ ਵਾਰੀ ਅਸੀਂ ਆਪਣੇ ਆਪ ਨੂੰ ਹੀ ਕੁਸ਼ਚਨ ਕਰਨ ਲੱਗ ਜਾਂਦੇ ਹਾਂ ਵੀ ਅਸੀਂ ਚੰਗਾ ਕੀਤਾ ਇੱਥੇ ਆ ਕੇ, ਅਸੀਂ ਤਾਂ ਚੰਗੇ ਭਲੇ ਸੀਗੇ, ਇੱਥੇ ਤਾਂ ਸਾਨੂੰ ਹੁਣ ਜੋਬ ਹੀ ਨਹੀਂ ਮਿਲਦੀ, ਸਾਨੂੰ ਤਾਂ ਕਈ ਵਾਰੀ ਸਾਨੂੰ ਛੋਟੀਆਂ ਛੋਟੀਆਂ ਫੈਕਟਰੀਆਂ 'ਚ ਜੋਬਾਂ ਕਰਨੀਆਂ ਪੈਂਦੀਆਂ। ਸੋ ਉਸ ਸੈਂਸ ਦੇ ਵਿੱਚ ਕੀ ਉਹਦਾ ਅਸਰ ਮਾਨਸਿਕ ਸਿਹਤ 'ਤੇ ਹੁੰਦਾ? ਬਹੁਤ ਜ਼ਿਆਦਾ, ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਆਪਾਂ ਤਾਂ ਇਹ ਸੋਚ ਕੇ ਆਏ ਸੀਗੇ ਵੀ ਬੱਚਿਆਂ ਨੂੰ ਸੈਟਲ ਕਰ ਲਾਂਗੇ, ਅਸੀਂ ਆਪ ਸੈਟਲ ਹੋ ਜਾਂਗੇ, ਚਲੋ ਅਸੀਂ ਆਪਣੀ ਜ਼ਿੰਦਗੀ ਵਧੀਆ ਤੋਰ ਲਾਂਗੇ, ਪਰ ਆਲ ਆਫ ਏ ਸਡਨ ਸਾਨੂੰ ਜੋਬ ਹੀ ਨਹੀਂ ਮਿਲੀ। ਜੋਬ ਦੇ ਨਾਲ ਰਿਲੇਟਡ ਸਾਡਾ ਘਰ ਆ, ਘਰ ਦੇ ਨਾਲ ਰਿਲੇਟਡ ਸਾਡੀ ਜਾਣੀ ਖੁਸ਼ੀ ਆ, ਸਾਡਾ ਇੱਕ ਕਿਸਮ ਦਾ ਸੈਟਲ ਹੋਣਾ, ਉਹ ਸਾਰਾ ਕੁਛ ਹੀ ਜਦੋਂ ਸਾਨੂੰ ਨਹੀਂ ਮਿਲਦਾ ਤਾਂ ਉਦੋਂ ਫਿਰ ਬਹੁਤ ਜ਼ਿਆਦਾ ਸਾਨੂੰ ਮਾਨਸਿਕ ਤੌਰ 'ਤੇ ਪਰੇਸ਼ਾਨੀ ਹੁੰਦੀ ਆ। ਸੋ ਇਸ ਕਰਕੇ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਕਿ ਜਿਹੜਾ ਸਾਰਿਆਂ ਨਾਲੋਂ ਪ੍ਰੋਬਲਮ ਏਰੀਆ ਉਹ ਜੋਬ ਦੇ ਨਾਲ ਰਿਲੇਟਡ ਆ ਇਮੀਗ੍ਰੈਂਟਸ ਦਾ, ਸੈਕੰਡ ਰਿਲੇਟਡ ਹੈਗਾ ਬੱਚਿਆਂ ਦੇ ਨਾਲ। ਹੁਣ ਬੱਚੇ ਕੈਨੇਡੀਅਨ ਬਹੁਤ ਜਲਦੀ ਬਣ ਜਾਂਦੇ ਆ ਅਤੇ ਜਿਹੜੇ ਆਪਾਂ ਆਉਂਦੇ ਹਾਂ ਆਪਾਂ ਨੂੰ ਹਜੇ ਹੌਲੀ ਹੌਲੀ ਪਤਾ ਲੱਗਦਾ ਅਤੇ ਹੌਲੀ ਹੌਲੀ ਆਪਣੀਆਂ ਕਦਰਾਂ ਕੀਮਤਾਂ ਤਬਦੀਲ ਹੁੰਦੀਆਂ, ਲੇਕਿਨ ਬੱਚਿਆਂ ਦੀਆਂ ਬੜੀ ਛੇਤੀ ਹੋ ਜਾਂਦੀਆਂ, ਉਹ ਵੀ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ। ਫਿਰ ਆਪਾਂ ਸੋਚਦੇ ਹਾਂ ਯਾਰ ਕੀ ਚੰਗਾ ਕੀਤਾ ਇੱਥੇ ਕੈਨੇਡਾ ਆ ਕੇ, ਇਹ ਤਾਂ ਕੈਨੇਡੀਅਨ ਬਣੀ ਜਾਂਦੇ ਆ, ਇਹ ਤਾਂ ਸਤਿ ਸ਼੍ਰੀ ਅਕਾਲ ਵੀ ਨਹੀਂ ਕਰਦੇ ਸਾਨੂੰ, ਇਹ ਹਾਈ ਕਰਕੇ ਚਲੇ ਜਾਂਦੇ ਆਪਣੇ ਕਮਰਿਆਂ 'ਚ, ਉਦੋਂ ਵੀ ਸਾਨੂੰ ਪਰੇਸ਼ਾਨੀ ਹੁੰਦੀ ਆ ਅਤੇ ਉਹ ਜਿਹੜੀ ਪਰੇਸ਼ਾਨੀ ਆ ਉਹ ਸਾਡੀ ਸਿਹਤ 'ਤੇ ਹੌਲੀ ਹੌਲੀ ਕਰਕੇ ਅਸਰ ਕਰਨਾ ਸ਼ੁਰੂ ਕਰ ਦਿੰਦੀ ਆ। ਸੋ ਕੰਮ ਦਾ ਵੀ ਅਸਰ ਹੁੰਦਾ, ਬੱਚਿਆਂ ਦਾ ਵੀ ਅਸਰ ਹੁੰਦਾ, ਫਿਰ ਅਸਰ ਹੁੰਦਾ ਕਿ ਇਹ ਜਿਹੜਾ ਮੁਲਕ ਆ ਖਾਸ ਕਰਕੇ ਕੈਨੇਡਾ,
ਇਹਦੇ 'ਚ ਆਪਣੇ ਕੋਲ ਟਾਈਮ ਥੋੜ੍ਹਾ ਅਤੇ ਕੰਮ ਜ਼ਿਆਦੇ ਆ ਜੀ। ਸੋ ਜਾਣੀ ਕਈ ਵਾਰੀ ਟਾਈਮ ਮੁੱਕ ਜਾਂਦਾ ਲੇਕਿਨ ਕੰਮ ਨਹੀਂ ਮੁੱਕਦੇ। ਉਹ ਹਰ ਰੋਜ਼ ਆਪਾਂ ਉਸ ਚੱਕੀ ਦੇ ਵਿੱਚ ਇੱਕ ਕਿਸਮ ਦਾ ਪੀਸੇ ਜਾ ਰਹੇ ਹਾਂ। ਆਪਾਂ ਨੂੰ ਕੰਮ ਵੀ ਕਰਨਾ ਪੈਣਾ, ਗਰੋਸਰੀ ਵੀ ਲਿਆਉਣੀ ਪੈਣੀ ਆ, ਲੋਕਾਂ 'ਤੇ ਵੀ ਜਾਣਾ ਪੈਣਾ, ਆਪ ਦਾ ਵੀ ਕਈ ਕੁਛ ਕਰਨਾ, ਬੱਚਿਆਂ ਨੂੰ ਕਈ ਜਗ੍ਹਾ 'ਤੇ ਲੈ ਕੇ ਜਾਣਾ ਪੈਂਦਾ ਸੈਟਰਡੇ ਸੰਡੇ ਨੂੰ। ਜਾਣੀ ਆਪਾਂ ਇੱਕ ਕਿਸਮ ਦਾ ਆਏ ਮਹਿਸੂਸ ਕਰਦੇ ਹਾਂ ਜਿਵੇਂ ਆਪਾਂ ਇੱਕ ਮਿੰਟ ਵਾਸਤੇ ਵੀ ਨਹੀਂ ਵਿਹਲੇ ਬਹਿੰਦੇ, ਉਹ ਵੀ ਆਪਣੇ ਸਿਰ 'ਤੇ ਆਪਣੇ ਜਾਣੀ ਬਹੁਤ ਅਸਰ ਕਰਦਾ। ਸੋ ਇਮੀਗ੍ਰੈਂਟ ਦਾ ਕੈਨੇਡਾ ਦੇ ਵਿੱਚ ਆ ਕੇ ਸੈਟਲ ਹੋਣਾ ਸੁਭਾਵਿਕ ਆ ਕਿ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਵੱਧ ਜਾਂਦੀ ਹੈ। ਸੋ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਜਿਹੜੇ ਜਿੰਨੇ ਇਮੀਗ੍ਰਾਂਟ ਸਾਰੇ ਆਉਂਦੇ ਆ, ਤਕਰੀਬਨ ਹਰ ਇੱਕ ਨੂੰ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ। ਬਿਲਕੁਲ। ਅਤੇ ਹਰ ਇੱਕ ਬੰਦੇ ਦੀ ਮੈਂਟਲ ਹੈਲਥ ਜਿਹੜੀ ਹੈਗੀ ਆ, ਮਾਨਸਿਕ ਸਿਹਤ ਜਿਹੜੀ ਹੈਗੀ ਆ, ਉਹ ਪ੍ਰਭਾਵਿਤ ਹੁੰਦੀ ਆ ਤੁਹਾਡੇ ਕਹਿਣ ਬਿਲਕੁਲ ਤੋਂ ਮਤਲਬ ਇਹੀ ਲੱਗ ਰਿਹਾ ਜੀ। ਸੋ ਇਹਦੇ ਹੁਣ ਜਦੋਂ ਜੇ ਸਪੋਜ਼ ਕਰੋ ਆਪਾਂ ਨੂੰ ਇਹ ਪ੍ਰੋਬਲਮ ਜਿਹੜੀਆਂ, ਇਹ ਤਾਂ ਨੈਚੁਰਲੀ ਹਰ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਇਹ ਚੀਜ਼ ਚੱਲਣੀ ਚੱਲਣੀ ਆ, ਉਹਦੇ ਵਾਸਤੇ ਨਵਾਂ ਇਨਵਾਇਰਮੈਂਟ ਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੱਚੇ ਜਲਦੀ ਅਡੋਪਟ ਕਰ ਲੈਂਦੇ ਨੇ, ਬੱਚੇ ਜਿਹੜੇ ਉਹਨਾਂ ਉਹ ਸਕੂਲ ਵੀ ਜਾਂਦੇ ਆ, ਸਕੂਲ ਤੋਂ ਕਾਫੀ ਕੁਛ ਸਿੱਖਦੇ ਨੇ। ਜਿਹੜੇ ਪੇਰੈਂਟਸ ਹੁੰਦੇ ਆ ਜਾਂ ਅਡਲਟ ਹੁੰਦੇ ਆ, ਉਹਨਾਂ ਦਾ ਜ਼ਿਆਦਾਤਰ ਜਿਹੜਾ ਰੋਜ਼ੀ ਰੋਟੀ ਅਤੇ ਸ਼ੈਲਟਰ ਦੇ ਵਿੱਚ ਜਿਹੜਾ ਆਪਣਾ ਟਾਈਮ ਲੰਘਦਾ ਹੈਗਾ, ਉਹ ਚੀਜ਼ਾਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ। ਸੋ ਇੱਕ ਤਾਂ ਅਡੋਪਟੇਸ਼ਨ ਹੋ ਗਈ, ਜਿਹੜੇ ਬੱਚੇ ਅਡੋਪਟ ਕਰ ਲੈਂਦੇ ਨੇ, ਅਸੀਂ ਚੇਂਜ ਨੂੰ ਅਸੀਂ ਲੈਂਦੇ ਨਹੀਂ। ਸਾਡਾ ਕਈ ਵਾਰੀ ਅਸੀਂ ਇੱਥੇ ਜਦੋਂ ਐਜ਼ ਏ ਨਵੇਂ ਇਮੀਗ੍ਰਾਂਟ ਆਉਂਦੇ ਹਾਂ ਤਾਂ ਸਾਡੀ ਸੋਚ ਪਿੱਛੇ ਹੁੰਦੀ ਹੈ ਕਿ ਕਿਤੇ ਮਿਸਟੇਕ ਤਾਂ ਨਹੀਂ ਕਰ ਲਈ। ਬਿਲਕੁਲ। ਔਰ ਉਹ 'ਚ ਕਈ ਬੰਦੇ ਆਪਾਂ ਨੇ ਦੇਖਿਆ ਕਿ ਜਦੋਂ ਵਾਪਸ ਜਾਂਦੇ ਨੇ ਫਿਰ ਵਾਪਸ ਆ ਜਾਂਦੇ ਨੇ ਫਿਰ ਵਾਪਸ ਜਾਂਦੇ ਨੇ। ਸੋ ਇਸ ਜਿਹੜੀ ਕਸ਼ਮਕਸ਼ ਦੇ ਵਿੱਚ ਉਹਨਾਂ ਦੀ ਕਈ ਵਾਰੀ ਅੱਧੀ ਲਾਈਫ ਲੰਘ ਜਾਂਦੀ ਹੈ, ਅਤੇ ਜਿਹੜੇ ਉਹ ਸਾਰੇ ਡਿਸੀਜ਼ਨ ਨੂੰ ਸੋਚਦੇ ਵੀ ਇਹ ਤਾਂ ਗਲਤੀ ਕੀਤੀ, ਉਹ ਫਿਰ ਉਹਦਾ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਜੀ। ਜਦੋਂ ਇਸ ਤਰ੍ਹਾਂ ਮਾਨਸਿਕ ਸਿਹਤ 'ਤੇ ਅਸਰ ਪੈਂਦਾ ਤਾਂ ਜਿਹੜਾ ਸਭ ਤੋਂ ਪਹਿਲਾਂ ਐਕਸੈਸ ਤੁਹਾਡੇ ਹਿਸਾਬ ਦੇ ਨਾਲ ਕਿੱਥੇ, ਫੈਮਿਲੀ ਡਾਕਟਰ ਨਾਲ ਗੱਲ ਕੀਤੀ ਜਾਵੇ ਜਾਂ ਫਿਜੀਸ਼ੀਅਨ ਕੋਲ ਜਾਇਆ ਜਾਵੇ, ਜਾਂ ਇਹਨੂੰ ਡਾਇਗਨੋਸ ਕਿਵੇਂ ਕੀਤਾ ਜਾਵੇ ਕਿ ਇਹ ਪ੍ਰੋਬਲਮ ਹੈ ਅਤੇ ਹੁਣ ਮੈਨੂੰ ਹੈਲਪ ਲੈ ਲੈਣੀ ਚਾਹੀਦੀ ਹੈ ਜੀ। ਇੱਕ ਤਾਂ ਮੇਰੇ ਖਿਆਲ 'ਚ ਜਿਹੜੀ ਸਾਰਿਆਂ ਨਾਲੋਂ ਮੁਸ਼ਕਲ ਆਪਣੀ ਕਮਿਊਨਿਟੀ ਦੇ ਵਿੱਚ ਆਉਂਦੀ ਆ ਜੀ, ਉਹ ਇਹ ਹੈਗੀ ਆ ਕਿ ਅਸੀਂ ਰੈਕਗਨਾਈਜ਼ ਨਹੀਂ ਕਰਦੇ ਕਿ ਸਾਨੂੰ ਸਟ੍ਰੈਸ ਹੋ ਗਿਆ ਜਾਂ ਤਣਾਅ ਹੋ ਗਿਆ ਜੀ। ਅਸੀਂ ਰੈਕਗਨਾਈਜ਼ ਨਹੀਂ ਕਰਦੇ, ਅਸੀਂ ਉਹਦੀਆਂ ਫਿਜ਼ੀਕਲ ਸਿੰਪਟਮਸ ਨੂੰ ਰੈਕਗਨਾਈਜ਼ ਕਰਦੇ ਹਾਂ। ਸਾਨੂੰ ਨੀਂਦ ਨਹੀਂ ਆਉਂਦੀ, ਸਾਡਾ ਬਲੱਡ ਪ੍ਰੈਸ਼ਰ ਵੱਧ ਗਿਆ, ਸਾਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ, ਸਾਨੂੰ ਇਹੋ ਜਿਹੀਆਂ ਜਿਹੜੀਆਂ ਫਿਜ਼ੀਕਲ ਹੁੰਦੀਆਂ, ਇਸ ਕਰਕੇ ਅਸੀਂ ਡਾਕਟਰ ਦੇ ਉਦੋਂ ਜਾਂਦੇ ਹਾਂ ਜਦੋਂ ਮੁਸ਼ਕਲ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਨਹੀਂ, ਆਮ ਤੌਰ 'ਤੇ ਅਸੀਂ ਪ੍ਰੀਵੈਂਟੇਟਿਵ ਅਪਰੋਚ ਨਹੀਂ ਰੱਖਦੇ ਵੀ ਜਾ ਕੇ ਅਸੀਂ ਗੱਲ ਕਰ ਲਈਏ ਆਪਣੇ ਡਾਕਟਰ ਨਾਲ ਵੀ ਸਾਨੂੰ ਜੋਬ ਨਹੀਂ ਮਿਲਦੀ, ਸਾਨੂੰ ਬੜੀ ਮੁਸ਼ਕਲ ਆ ਰਹੀ ਆ। ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਜਿਹੜਾ ਆਪਾਂ ਡਾਕਟਰੀ ਇਲਾਜ ਆ ਉਹਨੂੰ ਆਪਾਂ ਬਹੁਤ ਲੇਟ ਸ਼ੁਰੂ ਕਰਦੇ ਹਾਂ ਜੀ, ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਗਾ, ਆਪਾਂ ਨੂੰ ਸਿਮਟਮਸ ਹੀ ਨਹੀਂ ਪਤਾ ਵੀ ਡਿਪਰੈਸ਼ਨ ਦੇ ਕੀ ਸਿਮਟਮਸ ਹੁੰਦੇ ਆ, ਵੀ ਆਪਣਾ ਕਿਉਂ ਨਹੀਂ ਉੱਠਣ ਨੂੰ ਜੀ ਕਰਦਾ, ਕਿਉਂ ਨਹੀਂ ਆਪਣਾ ਕੁਛ ਕਰਨ ਨੂੰ ਜੀ ਕਰਦਾ, ਜਾਂ ਆਪਾਂ ਨੂੰ ਚਿੰਤਾ ਕਿਉਂ ਹੋਈ ਜਾਂਦੀ ਆ, ਫਿਕਰ ਕਿਉਂ ਹੁੰਦਾ ਆਪਾਂ ਨੂੰ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਆਪਾਂ ਉਹਨੂੰ ਸਹੀ ਜਾਣਿਆ ਅਸੀਂ ਆਪਸ ਵਿੱਚ ਹੀ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਇੱਕ ਟਾਈਮ ਆਉਂਦਾ ਜਦੋਂ ਆਪਾਂ ਬਿਲਕੁਲ ਕੁਛ ਨਹੀਂ ਕਰ ਸਕਾਂਗੇ। ਅਤੇ ਉਸ ਸੈਂਸ ਦੇ ਵਿੱਚ ਆਪਾਂ ਨੂੰ ਚਾਹੀਦਾ ਕਿ ਆਪਾਂ ਜਿਹੜੇ ਡਾਕਟਰਸ ਆ ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਦੇਖ ਲਈਏ, ਜਿਹੜੀਆਂ ਆਪਾਂ ਨੂੰ ਰੋਜ਼ਮਰਾ ਜ਼ਿੰਦਗੀ ਦੀਆਂ ਮੁਸ਼ਕਲਾਂ ਆਉਂਦੀਆਂ ਆਪਾਂ ਆਪਣੇ ਡਾਕਟਰ ਨਾਲ ਸ਼ੇਅਰ ਕਰ ਸਕਦੇ ਹਾਂ। ਆਪਣਾ ਡਾਕਟਰ ਆਪਾਂ ਨੂੰ ਦੱਸ ਸਕਦਾ ਵੀ ਤੈਨੂੰ ਆਹ ਹੋ ਰਿਹਾ, ਹੁਣ ਤੂੰ ਆਹ ਕਰ। ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਜਿਹੜਾ ਐਕਸੈਸ ਟੂ ਫਿਜ਼ੀਸ਼ੀਅਨਸ ਆ ਡਾਕਟਰਾਂ ਦਾ, ਉਹ ਆਪਾਂ ਦੇ ਕੋਲ ਹੈਗਾ ਤਾਂ ਹੈ, ਲੇਕਿਨ ਆਪਾਂ ਉਹਨਾਂ ਦਾ ਸਹੀ ਇਸਤੇਮਾਲ, ਟਾਈਮ ਸਿਰ ਇਸਤੇਮਾਲ ਅਸੀਂ ਨਹੀਂ ਕਰਦੇ। ਉਸ ਸੈਂਸ ਦੇ ਵਿੱਚ ਆਪਾਂ ਪਿੱਛੇ ਰਹਿ ਜਾਂਦੇ ਹਾਂ, ਅਤੇ ਆਪਾਂ ਤਕਰੀਬਨ ਉਦੋਂ ਡਾਕਟਰ ਕੋਲ ਜਾਂਦੇ ਹਾਂ ਜਦੋਂ ਬਹੁਤ ਜ਼ਿਆਦਾ ਰੋਗ, ਕੋਈ ਨਾ ਕੋਈ ਰੋਗ ਵੱਧ ਗਿਆ ਹੁੰਦਾ। ਉਸ ਸੈਂਸ ਦੇ ਵਿੱਚ ਮੇਰੇ ਖਿਆਲ 'ਚ ਜਿਹੜੀ ਪ੍ਰੀਵੈਂਟੇਟਿਵ ਅਪਰੋਚ ਆ ਕੈਨੇਡਾ 'ਚ, ਵੀ ਤੁਸੀਂ ਰੋਗ ਨੂੰ ਵਧਣ ਫੁੱਲਣ ਨਾ ਦਿਓ, ਪਹਿਲਾਂ ਹੀ ਆ ਜਾਓ, ਉੱਥੇ ਆਪਾਂ ਨੂੰ ਦੇਖਣਾ ਚਾਹੀਦਾ। ਸੋ ਜਿਹੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਿਜੀਸ਼ੀਅਨ ਦੇ ਨਾਲ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਆ, ਡਾਕਟਰ ਤੋਂ ਬਾਅਦ ਫਿਜੀਸ਼ੀਅਨ ਆ ਜਾਂਦਾ, ਅਤੇ ਜਿਹੜੇ ਫਿਜੀਸ਼ੀਅਨ ਹੈਗੇ ਜਾਂ ਜਿਹੜੇ ਸਪੈਸ਼ਲਿਸਟ ਹੈਗੇ ਆ ਬਲਦੇਵ ਜੀ, ਉਹਨਾਂ ਦੀ ਕਈ ਵਾਰੀ ਜਿਹੜੀ ਵੇਟਿੰਗ ਲਿਸਟ ਆ ਉਹ ਬੜੀ ਲੰਮੀ ਹੁੰਦੀ ਆ, ਜਾਂ ਕਿਉਂਕਿ ਜੇ ਆਪਾਂ ਨੂੰ ਪ੍ਰੋਬਲਮ ਅੱਜ ਆ ਅਤੇ ਹੁਣ ਜੇ 6 ਮਹੀਨਿਆਂ ਬਾਅਦ ਸਾਨੂੰ ਅਪੁਆਇੰਟਮੈਂਟ ਮਿਲ ਰਹੀ ਆ ਸਪੈਸ਼ਲਿਸਟ ਦੀ, ਤਾਂ ਉਹਨਾਂ 6 ਮਹੀਨਿਆਂ ਦੇ ਦੌਰਾਨ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ? ਇੱਕ ਤਾਂ ਮੇਰੇ ਖਿਆਲ 'ਚ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਜਦੋਂ ਆਪਾਂ ਨੂੰ ਕੁਛ ਕੋਈ ਵੀ ਥੋੜ੍ਹੇ ਬਹੁਤੇ ਸਿਮਟਮਸ ਵੀ ਨਜ਼ਰ ਆਉਂਦੇ ਆ, ਉਦੋਂ ਆਪਾਂ ਫੈਮਿਲੀ ਡਾਕਟਰ ਕੋਲ ਜਾਈਏ,
ਫੈਮਿਲੀ ਡਾਕਟਰ ਆਪਾਂ ਨੂੰ ਦੱਸ ਸਕਦਾ ਵੀ ਜਿਹੜੀ ਤੁਹਾਡੀ ਡਾਕਟਰ ਦੀ ਜਿਹੜੀ ਸਕਾਇਟ੍ਰਿਸਟ ਦੀ ਅਪੁਆਇੰਟਮੈਂਟ ਆ ਉਹ 3 ਮਹੀਨਿਆਂ ਨੂੰ ਮਿਲੂ ਜਾਂ 4 ਮਹੀਨਿਆਂ ਨੂੰ ਮਿਲੂ ਜਾਂ ਜਦੋਂ ਵੀ ਮਿਲੂ, ਲੇਕਿਨ ਉਹ ਜਿਹੜੇ 4 ਮਹੀਨੇ ਆ ਜਦੋਂ ਤੱਕ ਆਪਾਂ ਸਪੈਸ਼ਲਿਸਟ ਨੂੰ ਦੇਖਦੇ ਨਹੀਂ ਉਹ ਆਪਣਾ ਡਾਕਟਰ ਦੇ ਨਾਲ ਆਪਾਂ ਮਿਲ ਕੇ ਇੱਕ ਪਲਾਨ ਬਣਾ ਸਕਦੇ ਹਾਂ। ਉਹ ਪਲਾਨ 2 ਤਰ੍ਹਾਂ ਦੀ ਹੋ ਸਕਦੀ ਆ, ਇੱਕ ਦਵਾਈ ਹੋ ਸਕਦੀ ਆ, ਇੱਕ ਦਵਾਈ ਦੇ ਨਾਲ ਕੁਛ ਚੀਜ਼ਾਂ ਹੋ ਸਕਦੀਆਂ। ਉਹ ਜਿਹੜੀ ਇੰਪੋਰਟੈਂਟ ਚੀਜ਼ ਆ ਮੇਰਾ ਖਿਆਲ 'ਚ ਉਹ ਬਹੁਤ ਬਹੁਤ ਜ਼ਰੂਰੀ ਆ। ਇੱਕ ਜਿਹੜੀ ਮੇਰਾ ਖਿਆਲ 'ਚ ਨਰਲੇਪ 'ਚ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ, ਆਪਣੇ ਬਹੁਤ ਧਾਰਨਾ ਬਣੀ ਹੋਈ ਆ ਕਿ ਡਾਕਟਰਾਂ ਤੋਂ ਹਰ ਇੱਕ ਚੀਜ਼ ਦੀ ਆਪਾਂ ਨੂੰ ਦਵਾਈ ਦੇ ਦਿੰਦੇ ਆ, ਲੇਕਿਨ ਦਵਾਈ ਖਾਣੀ ਨਹੀਂ ਚਾਹੀਦੀ, ਇਹ ਗਰਮ ਹੁੰਦੀ ਆ। ਜੀ ਜੀ, ਇੱਕ ਕਾਫੀ ਪ੍ਰੋਬਲਮ ਆਉਂਦੀ ਆ ਆਪਣੀ ਕਮਿਊਨਿਟੀ ਦੇ ਵਿੱਚ, ਜਾਂ ਜਿਹੜੀ ਦਵਾਈ ਉਹ ਡਾਕਟਰ ਦਿੰਦੇ ਨੇ ਅਸੀਂ ਪੂਰੀ ਵੀ ਨਹੀਂ ਲੈਂਦੇ ਕਈ ਵਾਰੀ। ਬਿਲਕੁਲ, ਸੋ ਇਹ ਇੰਪੋਰਟੈਂਟ ਆ, ਜਾਂ ਤਾਂ ਤੁਸੀਂ ਡਾਕਟਰ ਦੀ ਗੱਲ ਮੰਨੋ। ਜੀ, ਹੁਣ ਆਪਾਂ ਡਾਕਟਰ ਦੇ ਚਲੇ ਵੀ ਗਏ ਲੇਕਿਨ ਹੁਣ ਡਾਕਟਰ ਕਹਿੰਦਾ ਵੀ ਆ ਤੁਹਾਨੂੰ ਦਵਾਈ ਲੈਣੀ ਪਊ, ਅਸੀਂ ਕਹਿੰਦੇ ਨਹੀਂ ਦਵਾਈ ਤਾਂ ਲੈਣੀ ਨਹੀਂ, ਇਹ ਤਾਂ ਗਰਮ ਹੁੰਦੀ ਆ, ਉਦੋਂ ਫਿਰ ਡਾਕਟਰ ਦੇ ਜਾਣ ਦਾ ਕੀ ਫਾਇਦਾ ਹੋਇਆ? ਸੋ ਉਸ ਸੈਂਸ ਦੇ ਵਿੱਚ ਮੇਰਾ ਜਿੱਥੇ ਤੱਕ ਖਿਆਲ ਆ, ਜਿਵੇਂ ਜਿਹੜੀਆਂ ਮਾਈਨਰ ਪ੍ਰੋਬਲਮਸ ਆ, ਜਿਵੇਂ ਐਂਗਜ਼ਾਇਟੀ ਹੋ ਗਈ, ਚਿੰਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਹੈ ਨਾ, ਜਾਂ ਐਵੇਂ ਫਿਕਰ ਕਰੀ ਜਾਣਾ ਹੋ ਗਿਆ, ਜਾਂ ਜਿਹਨੂੰ ਅਬਸੈਸਿਵ ਕੰਪਲਸਿਵ ਡਿਸਆਰਡਰ ਹੁੰਦੇ ਆ, ਆਮ ਤੌਰ 'ਤੇ ਇਹ ਹੁੰਦਾ ਕਿ ਤੁਸੀਂ ਵਾਰ ਵਾਰ ਉਹੀ ਚੀਜ਼ ਕਰਦੇ ਹੋ, ਜਿਵੇਂ ਤੁਹਾਨੂੰ ਲੱਗਦਾ ਮੇਰੇ ਹੱਥ ਗੰਦੇ ਆ, ਤੁਸੀਂ ਜਾਓਗੇ ਹੱਥ ਧੋ ਆਓਗੇ, ਥੋੜ੍ਹੀ ਦੇਰ ਬਾਅਦ ਤੁਹਾਨੂੰ ਫੇਰ ਲੱਗੇਗਾ ਮੇਰੇ ਹੱਥ ਗੰਦੇ ਹੋ ਗਏ ਫੇਰ, ਅਤੇ ਜਾਣੀ ਉਹ ਹੱਥ ਧੋ ਧੋ ਕੇ ਨਾ ਇੱਕ ਕਿਸਮ ਦਾ ਆਪਣੇ ਹੱਥ ਹੀ ਖਰਾਬ ਕਰ ਲੈਂਦੇ ਆ। ਉਹਨੂੰ ਆਪਾਂ ਇਸ ਵਾਰ ਵਾਰ ਰੈਪੀਟੇਸ਼ਨ ਵਾਲੇ ਬਿਹੇਵੀਅਰ ਨੂੰ ਅਬਸੈਸਿਵ ਕੰਪਲਸਿਵ ਡਿਸਆਰਡਰ ਕਹਿੰਦੇ ਹਾਂ। ਕਈ ਵਾਰੀ ਦਿਮਾਗ ਦੇ ਵਿੱਚ ਆ ਜਾਂਦਾ, ਔਰ ਕਈ ਵਾਰੀ ਅਸੀਂ ਜਿੰਨੇ ਲੋਕਾਂ ਨਾਲ ਕੰਮ ਕਰਦੇ ਹਾਂ ਉਹਨਾਂ ਨੂੰ ਹੁੰਦਾ ਕਿ ਉਹ ਘਰ ਦਾ ਦਰਵਾਜ਼ਾ ਲੌਕ ਕਰਦੇ ਆ, ਆਪਣੇ ਕੰਮ 'ਤੇ ਜਾਂਦੇ ਆ, ਅੱਧੇ ਰਾਸਤੇ ਤੋਂ ਕਾਰ ਦੀ ਯੂ ਟਰਨ ਮਾਰ ਕੇ ਵਾਪਸ ਆ ਜਾਂਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਮੈਂ ਘਰ ਦਾ ਦਰਵਾਜ਼ਾ ਬੰਦ ਨਹੀਂ ਕੀਤਾ। ਉਹ ਫਿਰ ਦਰਵਾਜ਼ਾ ਜਦੋਂ ਆ ਕੇ ਦੇਖਦੇ ਆ ਬੰਦ ਹੁੰਦਾ, ਫਿਰ ਆਪਣੀ ਕਾਰ 'ਚ ਬਹਿੰਦੇ ਆ, ਫਿਰ ਚਲੇ ਜਾਂਦੇ ਆ, ਫਿਰ ਉਹਨਾਂ ਨੂੰ ਕੰਮ 'ਤੇ ਜਾ ਕੇ ਥੋੜ੍ਹੀ ਦੇਰ ਬਾਅਦ ਚੇਤਾ ਆਉਂਦਾ ਵੀ ਮੈਨੂੰ ਲੱਗਦਾ ਮੈਂ ਕੰਮ ਆਪਣੇ ਘਰ ਦਾ ਦਰਵਾਜ਼ਾ ਨਹੀਂ ਬੰਦ ਕੀਤਾ, ਫਿਰ ਉੱਥੋਂ ਕਾਰ ਕੰਮ ਤੋਂ ਛੱਡ ਕੇ ਅਤੇ ਘਰ ਆ ਕੇ ਅਤੇ ਚੈੱਕ ਕਰਦੇ ਆ। ਆਹ ਜਿਹੜੀ ਆ ਬਿਹੇਵੀਅਰਸ ਆ, ਇਹ ਡਾਕਟਰ ਦੇ ਦਵਾਈ ਦੇ ਨਾਲ ਅਤੇ ਕਾਉਂਸਲਿੰਗ ਦੇ ਨਾਲ ਇਹ ਠੀਕ ਕੀਤੇ ਜਾ ਸਕਦੇ ਆ, ਪਰ ਕਿਉਂਕਿ ਆਪਾਂ ਨੂੰ ਪਤਾ ਨਹੀਂ ਜੀ ਵੀ ਇਹ ਬਿਹੇਵੀਅਰ ਨੂੰ ਕੀ ਕਹਿੰਦੇ ਆ, ਇਹਦਾ ਨਾਂ ਕੀ ਆ, ਇਹ ਕਿਸ ਤਰ੍ਹਾਂ ਹੁੰਦਾ, ਆਪਾਂ ਇਸ ਚੀਜ਼ ਨੂੰ ਬਹੁਤ ਚੀਜ਼ ਨੂੰ ਆਪਾਂ ਇਗਨੋਰ ਕਰਦੇ ਹਾਂ ਅਤੇ ਆਪਾਂ ਫਿਰ ਦਵਾਈ ਨਹੀਂ ਲੈਂਦੇ। ਸੋ ਜਿਹੜੀ ਦਵਾਈ ਲੈਣੀ ਆ ਉਹ ਇੱਕ ਬਿਮਾਰੀ ਦਾ ਹਿੱਸਾ, ਜਿਵੇਂ ਆਪਾਂ ਗਲੇ ਦੀ ਦਵਾਈ, ਆਪਾਂ ਨੂੰ ਗਲਾ ਖਰਾਬ ਹੋ ਜੇ ਐਂਟੀਬਾਇਓਟਿਕਸ ਡਾਕਟਰ ਪ੍ਰਿਸਕ੍ਰਾਈਬ ਕਰਦਾ, ਅਗਰ ਡਾਕਟਰ ਨੇ ਆਪਾਂ ਨੂੰ ਲਿਖਿਆ ਵੀ ਇਹ ਪੂਰੀ ਖਾ ਲੈਣੀ ਆ, ਆਪਾਂ ਨੂੰ ਪੂਰੀ ਖਾਣੀ ਚਾਹੀਦੀ ਆ, ਆਪਾਂ ਕਈ ਵਾਰੀ ਉਸ ਚੀਜ਼ ਨੂੰ ਵੀ ਨਹੀਂ ਆਪਾਂ ਪੂਰਾ ਉਹਦੀ ਹਦਾਇਤ ਮੰਨਦੇ। ਸੋ ਇਹ ਇੱਕ ਬੜਾ ਵੱਡਾ ਵਿਸ਼ਾ ਆਪਣੀ ਕਮਿਊਨਿਟੀ ਦੇ ਵਿੱਚ ਕਿ ਜਦੋਂ ਡਾਕਟਰਸ ਮੈਡੀਕੇਸ਼ਨ ਪ੍ਰਿਸਕ੍ਰਾਈਬ ਕਰਦੇ ਆ, ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਸਹੀ ਨਹੀਂ ਸਮਝਦੇ। ਉਸ ਕਰਕੇ ਮੇਰਾ ਖਿਆਲ 'ਚ ਇਹ ਬਹੁਤ ਇੰਪੋਰਟੈਂਟ ਆ ਕਿ ਸਾਨੂੰ ਡਾਕਟਰਾਂ ਦੇ ਕੋਲ ਜਾਣਾ ਚਾਹੀਦਾ, ਡਾਕਟਰ ਦੀ ਗੱਲ ਮੰਨਣੀ ਚਾਹੀਦੀ ਆ, ਅਤੇ ਫਿਰ ਅਸੀਂ ਕਰਨਾ ਚਾਹੀਦਾ। ਕਈ ਵਾਰੀ ਕਹਿੰਦੇ ਵੀ ਅਸੀਂ ਐਲੋਪੈਥੀ ਨਹੀਂ ਲੈਣੀ, ਅਸੀਂ ਤਾਂ ਹੋਮਿਓਪੈਥੀ ਦਵਾਈ ਲੈਣੀ ਆ ਜਾਂ ਨੈਚੁਰੋਪੈਥੀ ਲੈਣੀ ਆ ਜਾਂ ਅਸੀਂ ਕੁਛ ਕਰਨਾ। ਮੇਰਾ ਪਰਸਨਲ ਰਾਏ ਇਹ ਆ ਕਿ ਤੁਸੀਂ ਪਹਿਲਾਂ ਆਪਣੀਆਂ ਜਿਹੜੀ ਵੀ ਤੁਸੀਂ ਦਵਾਈ ਆ ਉਹਨੂੰ ਤੁਸੀਂ ਪਹਿਲਾਂ ਇਮਾਨਦਾਰੀ ਦੇ ਨਾਲ ਪੂਰੀ ਕਰ ਲਓ। ਜੇ ਤੁਸੀਂ ਹੋਮਿਓਪੈਥਿਕ ਡਾਕਟਰ 'ਤੇ ਵੀ ਜਾਣਾ, ਤੁਸੀਂ ਉਹਦੀ ਵੀ ਗੱਲ ਇਮਾਨਦਾਰੀ ਦੇ ਨਾਲ ਮੰਨੋ ਜਿਵੇਂ ਉਹ ਤੁਹਾਨੂੰ ਦੱਸਦਾ। ਅਗਰ ਉਹਦੇ ਨਾਲ ਆਰਾਮ ਆ ਗਿਆ ਬਹੁਤ ਵਧੀਆ, ਅਗਰ ਉਹਦੇ ਨਾਲ ਨਹੀਂ ਆਰਾਮ ਆਇਆ ਫਿਰ ਤੁਸੀਂ ਕੋਈ ਹੋਰ ਡਾਕਟਰ 'ਤੇ ਜਾ ਕੇ ਤੁਸੀਂ ਠੀਕ ਕਰ ਸਕਦੇ ਹੋ। ਪਰ ਇਹ ਨਹੀਂ, ਇਹ ਨਾ ਕਰੋ ਕਿ ਇੱਕ ਵਾਰੀ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਦਵਾਈ ਤੁਸੀਂ ਐਲੋਪੈਥੀ ਡਾਕਟਰ ਤੋਂ ਲੈ ਲਈ, ਥੋੜ੍ਹੀ ਜਿਹੀ ਦਵਾਈ ਤੁਸੀਂ ਹੋਮਿਓਪੈਥੀ ਵਾਲੇ ਤੋਂ ਲੈ ਲਈ, ਥੋੜ੍ਹਾ ਜਿਹਾ ਤੁਸੀਂ ਆਪ ਦਾ ਇਲਾਜ ਕਰ ਲਿਆ, ਅਤੇ ਫਿਰ ਤੁਸੀਂ ਕਹੋਗੇ ਯਾਰ ਆਰਾਮ ਤਾਂ ਮੈਨੂੰ ਕਿਸੇ ਤੋਂ ਨਹੀਂ ਆਇਆ। ਇਹ ਨਾ ਕਰੋ। ਸੋ ਤੁਹਾਡੇ ਕਹਿਣ ਤੋਂ ਭਾਵ ਜੋ ਵੀ ਆਪਾਂ ਨੇ ਮੈਡੀਸਨ ਲੈਣੀ ਉਹਦਾ ਕੋਰਸ ਕੰਪਲੀਟ ਕਰਕੇ ਜਾਂ ਡਾਕਟਰ ਦੀ ਰਾਏ ਦੇ ਨਾਲ ਹੀ ਛੱਡਣੀ ਚਾਹੀਦੀ, ਆਪਦੇ ਆਪ ਤੁਸੀਂ ਜਿਹੜੇ ਹੈਗੇ ਸੈਲਫ ਐਕਸਪੈਰੀਮੈਂਟ ਨਹੀਂ ਕਰਨੇ ਚਾਹੀਦੇ। ਬਿਲਕੁਲ ਬਲਦੇਵ ਜੀ, ਜਦੋਂ ਆਪਾਂ ਮੈਡੀਸਨ ਦੀ ਗੱਲ ਕਰਦੇ ਹੈਗੇ, ਖਾਸ ਕਰਕੇ ਜਦੋਂ ਮੈਂਟਲ ਹੈਲਥ ਦੀ ਮੈਡੀਸਨ ਆਪਾਂ ਲੈਂਦੇ ਹੈਗੇ ਹਾਂ, ਉਹਦੇ ਨਾਲ ਜਿਹੜੀ ਇੱਕ ਪ੍ਰੋਬਲਮ ਹੋਰ ਆਉਂਦੀ ਕਿ ਉਹਦੇ ਕੁਛ ਸਾਈਡ ਇਫੈਕਟ ਹੁੰਦੇ ਆ। ਬਿਲਕੁਲ, ਉਹਨਾਂ ਸਾਈਡ ਇਫੈਕਟਾਂ ਤੋਂ ਜਿਹੜੇ ਹੈਗੇ ਕਈ ਵਾਰੀ ਜਿਹੜੇ ਪੇਸ਼ੈਂਟ ਹੈਗੇ ਆ ਜਾਂ ਜਿਹਨਾਂ ਨੂੰ ਪ੍ਰੋਬਲਮ ਹੁੰਦੀ ਜੋ ਮੈਡੀਸਨ ਲੈ ਰਹੇ ਨੇ, ਤਾਂ ਉਹ ਕਹਿੰਦੇ ਆ ਵੀ ਨਹੀਂ ਮੈਨੂੰ ਇਹਦੇ ਨਾਲ ਜਿਹੜੇ ਆ ਸਾਈਡ ਇਫੈਕਟ ਦੇ ਨਾਲ ਮੈਨੂੰ ਆਹ ਪ੍ਰੋਬਲਮ ਆ ਰਹੀਆਂ, ਇਸ ਕਰਕੇ ਮੈਂ ਮੈਡੀਸਨ ਨਹੀਂ ਲੈਣੀ। ਪਰ ਜਦੋਂ ਆਪਾਂ ਡਾਕਟਰ ਕੋਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਜਿਹੜੇ ਇਹ ਸਾਈਡ ਇਫੈਕਟ ਹੈਗੇ ਆ ਇਹਨਾਂ ਸਾਈਡ ਇਫੈਕਟਾਂ ਨੂੰ ਠੀਕ ਕਰਨ ਵਾਸਤੇ ਤੁਹਾਨੂੰ ਇੱਕ ਹੋਰ ਦਵਾਈ ਜਿਹੜੀ ਆ ਉਹ ਦਿੱਤੀ ਜਾਂਦੀ ਹੈ, ਉਹ ਬੜੀ ਮਾਈਨਰ ਜੀ ਹੁੰਦੀ ਹੈ ਅਤੇ ਉਹਦੇ ਨਾਲ ਜਿਹੜੇ ਸਾਈਡ ਇਫੈਕਟ ਜਿਹੜੇ ਆ ਉਹ ਠੀਕ ਹੋ ਜਾਂਦੇ ਆ। ਸੋ ਮੇਰਾ ਕੁਐਸਚਨ ਇਹ ਹੈ ਕਿ ਜਿਹੜੇ ਉਹ ਮਰੀਜ਼ ਜਿਹੜੇ ਆਪਣੇ ਘਬਰਾ ਜਾਂਦੇ ਨੇ ਜਾਂ ਉਹਨਾਂ ਐਕਸਕਿਊਜ਼ ਬਣਾਉਂਦੇ ਨੇ
ਕਿ ਨਹੀਂ ਮੈਨੂੰ ਤਾਂ ਹੋਰ ਪ੍ਰੋਬਲਮਸ ਹੋ ਗਈਆਂ, ਮੈਂ ਨਹੀਂ ਇਹ ਦਵਾਈ ਲੈਣੀ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਸੀ ਇੱਕ ਇੱਕ ਮੇਰਾ ਖਿਆਲ 'ਚ ਜਿਹੜੀ ਆਪਣੇ ਖਾਸ ਕਰਕੇ ਜਿਹੜੀ ਆਪਣੇ ਕਮਿਊਨਿਟੀ ਦੇ ਵਿੱਚ ਜਿਹੜੀ ਗੁੰਝਲਦਾਰ ਸਮੱਸਿਆ ਉਹ ਇਹ ਆ ਕਿ ਸਾਡਾ ਦਵਾਈ ਦੇ ਪ੍ਰਤੀ ਇੱਕ ਖਾਸ ਨਜ਼ਰੀਆ, ਉਹ ਦਵਾਈ ਦਾ ਨਜ਼ਰੀਆ ਸਾਡੀ ਆਯੁਰਵੇਦਿਕ ਫਿਲੋਸਫੀ ਤੋਂ ਆਇਆ ਜੀ। ਆਯੁਰਵੇਦਾ ਦੇ ਵਿੱਚ ਅਸੀਂ ਜਿਹੜੀ ਬਿਮਾਰੀ ਨੂੰ ਜਿਹੜੇ ਸੋਚਦੇ ਹਾਂ ਉਹ ਗਰਮ ਸਰਦ ਦੇ ਵਿੱਚ ਸੋਚਦੇ ਹਾਂ, ਕੁਛ ਚੀਜ਼ਾਂ ਗਰਮ ਆ ਕੁਛ ਚੀਜ਼ਾਂ ਸਰਦ ਆ, ਜੇ ਸਾਨੂੰ ਆਹ ਬਿਮਾਰੀ ਆ ਤਾਂ ਅਸੀਂ ਜਾਂ ਗਰਮ ਵਾਲੀਆਂ ਚੀਜ਼ਾਂ ਖਾਈਏ ਜਾਂ ਠੰਡੀਆਂ ਖਾਈਏ। ਜਿਹੜੀ ਮੈਡੀਸਨ ਆ ਉਹਨੂੰ ਅਸੀਂ ਆਮ ਤੌਰ 'ਤੇ ਇਹ ਕਹਿੰਦੇ ਹਾਂ ਵੀ ਜਿਹੜੀ ਵੈਸਟਰਨ ਮੈਡੀਸਨ ਆ ਜੀ ਉਹ ਗਰਮ ਆ, ਉਹਦੇ ਨਾਲ ਹੋਰ ਬਿਮਾਰੀਆਂ ਲੱਗਦੀਆਂ, ਇਸ ਕਰਕੇ ਤੁਸੀਂ ਉਹਨਾਂ ਨੂੰ ਜ਼ਿਆਦਾ ਨਹੀਂ ਲੈਣੀ। ਇਹ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਹ ਘਰ ਕੀਤੀ ਹੋਈ ਆ, ਹੁਣ ਅਸੀਂ ਡਾਕਟਰ ਦੀ ਗੱਲ ਨਹੀਂ ਮੰਨਦੇ। ਮੇਰੇ ਹਿਸਾਬ ਦੇ ਨਾਲ ਇਹ ਬਹੁਤ ਇੰਪੋਰਟੈਂਟ ਆ ਕਿ ਕਈ ਵਾਰੀ ਆਪਾਂ ਬਹੁਤ ਸਾਲ ਐਕਸਪੈਰੀਮੈਂਟ ਕਰਦੇ ਕਰਦੇ ਉਹ ਜਿਹੜੀਆਂ ਮਾਨਸਿਕ ਰੋਗ ਹੁੰਦੇ ਆ ਉਹ ਇੰਨੇ ਜ਼ਿਆਦਾ ਵਧਾ ਲੈਂਦੇ ਹਾਂ ਕਿ ਫਿਰ ਜਿਹੜੀ ਦਵਾਈ ਆ ਉਹਦੀ ਮਕਦਾਰ ਜ਼ਿਆਦਾ ਦੇਣੀ ਪੈਂਦੀ ਆ, ਔਰ ਜਿੰਨੀ ਉਹਦੀ ਜਾਣੀ ਮਕਦਾਰ ਜ਼ਿਆਦਾ ਹੋਊਗੀ ਦਵਾਈ ਦੀ ਉਹਨਾਂ ਉਹ ਤੁਹਾਡੀ ਸਿਹਤ 'ਤੇ ਉਹਦੇ ਸਾਈਡ ਇਫੈਕਟ ਹੋਣਗੇ ਅਤੇ ਉਹਦਾ ਹੋ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ ਆ ਕਿ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਹਰ ਇੱਕ ਕੁਛ ਮੈਡੀਸਨ ਨਾਲ ਹੀ ਹੋਵੇ। ਮੈਡੀਸਨ ਦੇ ਨਾਲ ਉਹ ਰਿਕਮੈਂਡ ਕਰਦੇ ਆ, ਤੁਹਾਡੀ ਕਾਉਂਸਲਿੰਗ ਰਿਕਮੈਂਡ ਕਰਦੇ ਆ, ਤੁਹਾਡੇ ਨਵੇਂ ਬਿਹੇਵੀਅਰਸ ਰਿਕਮੈਂਡ ਕਰਦੇ ਆ, ਤੁਹਾਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਡਿਪਰੈਸ ਹੋ ਰਿਹਾ, ਜਦੋਂ ਤੁਹਾਨੂੰ ਪਤਾ ਲੱਗ ਜੇ ਮੈਂ ਡਿਪਰੈਸ ਹੋ ਰਿਹਾ ਫਿਰ ਉਹ ਤੁਹਾਨੂੰ ਪਲਾਨ ਦੱਸਦੇ ਆ ਵੀ ਤੁਸੀਂ ਉਦੋਂ ਕੀ ਕਰੋ, ਤੁਸੀਂ ਬਾਹਰ ਚਲੇ ਜਾਓ, ਗਾਣਾ ਲਾਉਣਾ ਸ਼ੁਰੂ ਕਰੋ, ਕਿਸੇ ਨੂੰ ਫੋਨ ਕਰੋ, ਕੁਛ ਵੀ ਤੁਸੀਂ ਕਰ ਸਕਦੇ ਹੋ ਆਪਣੇ ਆਪ ਨੂੰ ਬੈਟਰ ਕਰਨ ਦੇ ਲਈ। ਲੇਕਿਨ ਉਹਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੇ ਰੋਗ ਆ ਉਹਦੇ ਪਹਿਲਾਂ ਲੱਛਣ ਸਮਝਣ ਵਾਸਤੇ ਬਹੁਤ ਇੰਪੋਰਟੈਂਟ ਆ, ਫਿਰ ਉਹਦੇ 'ਚ ਮੈਡੀਸਨ ਇੱਕ ਥੋੜ੍ਹਾ ਜਿਹਾ ਹਿੱਸਾ ਕੰਮ ਕਰਦੀ ਆ, ਫਿਰ ਤੁਹਾਡੀ ਆਪਣੀ ਚਾਹਤ ਵੀ ਮੈਨੂੰ ਪਤਾ ਵੀ ਮੈਨੂੰ ਇਹ ਰੋਗ ਆ ਲੇਕਿਨ ਇਸ ਦੇ ਬਾਵਜੂਦ ਮੈਂ ਆਪਣੀ ਜ਼ਿੰਦਗੀ ਤੋਰਨੀ ਆ, ਉਹ ਜਿਹੜੀ ਤੁਹਾਡੀ ਚਾਹਤ ਆ ਉਹ ਜਿਹੜੀ ਤੁਹਾਡੀ ਚੜ੍ਹਦੀ ਕਲਾ ਉਹ ਹੋਣੀ ਬੜੀ ਜ਼ਰੂਰੀ ਆ, ਫਿਰ ਆਪਾਂ ਜ਼ਿੰਦਗੀ ਵਧੀਆ ਜਿਉਂ ਸਕਦੇ ਹਾਂ। ਹਾਂ ਠੀਕ ਆ, ਉਹ ਪਰੇਸ਼ਾਨੀਆਂ ਆਉਣਗੀਆਂ ਹੀ, ਹੁਣ ਕਈ ਵਾਰੀ ਆਪਾਂ ਨੂੰ ਆਪਣੀ ਕਈਆਂ ਦੀ ਬਾਂਹ ਟੁੱਟ ਜਾਂਦੀ ਆ ਜਾਂ ਕਈਆਂ ਨੂੰ ਕੋਈ ਹੋਰ ਬਿਮਾਰੀ ਹੋ ਜਾਂਦੀ ਆ, ਉਹ ਵੀ ਤਾਂ ਕੰਮ ਕਰਦੇ ਹੀ ਆ, ਹੈ ਨਾ, ਉਹ ਉਹਦੇ ਨਾਲ ਨਾਲ ਉਹ ਦਵਾਈ ਵੀ ਲੈਂਦੇ ਆ ਅਤੇ ਪਲੱਸ ਉਹ ਆਪਣਾ ਕੰਮ ਵੀ ਕਰੀ ਜਾਂਦੇ ਆ ਅਤੇ ਜ਼ਿੰਦਗੀ ਤੁਰੀ ਜਾਂਦੀ ਆ। ਸੋ ਮੇਰਾ ਖਿਆਲ 'ਚ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਮਾਨਸਿਕ ਪਰੇਸ਼ਾਨੀ ਕੋਈ ਇਸ ਤਰ੍ਹਾਂ ਦੀ ਨਹੀਂ ਗੀ ਕਿ ਅਸੀਂ ਕੰਮ ਹੀ ਨਹੀਂ ਕੁਛ ਕਰ ਸਕਾਂਗੇ। ਠੀਕ ਆ, ਉਹ ਹੈਗੇ ਆ ਇਸ਼ੂਜ, ਕੁਛ ਦਵਾਈ ਰੋਕ ਸਕਦੀ ਆ ਅਤੇ ਕੁਛ ਆਪਣੀ ਕਾਉਂਸਲਿੰਗ ਉਹਨੂੰ ਠੀਕ ਕਰ ਸਕਦੀ ਆ। ਮੈਂਟਲ ਹੈਲਥ ਦੇ ਨਾਲ ਤੁਸੀਂ ਕੁਛ ਵੀ ਕਰ ਸਕਦੇ ਹੋ, ਉਹ ਤਾਂ ਇੱਕ ਬਿਮਾਰੀ ਹੈ ਅਤੇ ਉਹਨੂੰ ਦਵਾਈ ਦੇ ਨਾਲ ਠੀਕ ਕੀਤਾ ਜਾ ਸਕਦਾ। ਤੁਸੀਂ ਇੰਜੀਨੀਅਰ ਬਣ ਸਕਦੇ ਹੋ, ਤੁਸੀਂ ਪਾਇਲਟ ਬਣ ਸਕਦੇ ਹੋ, ਤੁਸੀਂ ਡਾਕਟਰ ਵੀ ਬਣ ਸਕਦੇ ਹੋ, ਤੁਸੀਂ ਮੈਂਟਲ ਹੈਲਥ ਜਿਹੜੇ ਇਸ਼ੂਜ਼ ਆ ਉਹ ਅਲੱਗ ਨੇ। ਸੋ ਬਲਦੇਵ ਜੀ, ਮੇਰਾ ਕੁਐਸਚਨ ਹੈ ਕਿ ਜਿਹੜੀ ਇਹ ਬਿਮਾਰੀ ਹੈਗੀ ਆ, ਮੈਂਟਲ ਹੈਲਥ ਇਸ਼ੂ ਜਿੰਨੇ ਵੀ ਆਉਂਦੇ ਹੈਗੇ ਆ, ਇਹ ਕਿਹੜੀ ਏਜ ਦੇ ਵਿੱਚ ਸਟਾਰਟ ਹੁੰਦੀ ਆ? ਇਹ ਆਮ ਤੌਰ 'ਤੇ ਟੀਨੇਜ ਏਜ ਦੇ ਵਿੱਚ ਸਟਾਰਟ ਹੋ ਜਾਂਦੇ ਆ ਆਮ ਤੌਰ 'ਤੇ। ਸੋ ਟੀਨ ਏਜ ਦੇ ਵਿੱਚ ਤੁਸੀਂ ਕਿਵੇਂ ਡਿਸਕ੍ਰਾਈਬ ਕਰੋਗੇ ਕਿ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਬੱਚਿਆਂ ਨੂੰ ਖਾਸ ਕਰਕੇ, ਅਤੇ ਉਹ ਕਈ ਵਾਰੀ ਪੇਰੈਂਟਸ ਜਿਹੜੇ ਉਹ ਰੈਕੋਗਨਾਈਜ਼ ਵੀ ਨਹੀਂ ਕਰਦੇ ਕਿ ਬੱਚੇ ਨੂੰ ਕੋਈ ਮੈਂਟਲ ਹੈਲਥ ਇਸ਼ੂ ਹੈਗੇ ਆ, ਜਾਂ ਉਹ ਉਹਦੇ ਬਿਹੇਵੀਅਰ 'ਤੇ ਹੀ ਲੈ ਜਾਂਦੇ ਨੇ ਕਿ ਨਹੀਂ ਇਹ ਤਾਂ ਇੱਦਾਂ ਕਰਦਾ ਜਾਂ ਇੱਦਾਂ ਕਰਦਾ, ਪਰ ਐਕਚੁਅਲ ਦੇ ਵਿੱਚ ਉਹ ਜਦੋਂ ਫਿਰ ਵੱਡੀ ਉਮਰ 'ਚ ਜਾ ਕੇ ਡਾਇਗਨੋਸ ਹੁੰਦੀ ਆ ਬਿਮਾਰੀ, ਕਿਉਂਕਿ ਪਹਿਲਾਂ ਆਪਾਂ ਪ੍ਰੀਵੈਂਟ ਨਹੀਂ ਕੀਤਾ, ਹੁਣ ਆਪਾਂ ਲਾਸਟ ਏਜ ਦੇ ਵਿੱਚ ਜਾਂ ਅਡਲਟ ਏਜ ਦੇ ਵਿੱਚ ਡਾਕਟਰ ਕੋਲ ਜਾਂਦੇ ਹਾਂ ਤਾਂ ਉਦੋਂ ਕਈ ਵਾਰੀ ਟੂ ਲੇਟ ਹੋ ਜਾਂਦਾ। ਸੋ ਟੀਨ ਏਜ ਦੇ ਵਿੱਚ ਕਿਹੜੇ ਕਿਹੜੇ ਲੱਛਣ ਆ ਜਿਹੜੇ ਪੇਰੈਂਟਸ ਨੂੰ ਆਪਾਂ ਤੁਸੀਂ ਆਪਾਂ ਟਿਪਸ ਦੇਈਏ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਵੀ ਇਹ ਹੋ ਸਕਦਾ ਕਿ ਇਹ ਜਿਹੜੀ ਇਹ ਜਿਹੜਾ ਬਿਹੇਵੀਅਰ ਇਹਦਾ ਵੀ ਇਹ ਮੈਂਟਲ ਹੈਲਥ ਇਸ਼ੂਜ਼ ਕਰਕੇ ਹੋਵੇ ਜੀ? ਇੱਕ ਚੀਜ਼ ਤਾਂ ਇਹ ਆ ਕਿ ਜਿਹੜਾ ਮੇਰਾ ਜ਼ਿੰਦਗੀ ਦਾ ਤਜਰਬਾ ਉਹ ਇਹ ਆ ਕਿ ਜਿਹੜੇ ਬਿਹੇਵੀਅਰਲ ਇਸ਼ੂਜ਼ ਹੁੰਦੇ ਆ, ਬਿਹੇਵੀਅਰਲ ਇਸ਼ੂਜ਼ ਹੁੰਦਾ ਜਿਵੇਂ ਕੁਛ ਬੱਚੇ ਸਕੂਲ ਨਹੀਂ ਟਾਈਮ ਸਿਰ ਜਾਂਦੇ, ਕੁਛ ਬੱਚੇ ਲੜਾਈ ਬਹੁਤ ਕਰਦੇ ਆ ਜੀ, ਕੁਛ ਬੱਚੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ, ਕੁਛ ਬੱਚੇ ਹੋਮਵਰਕ ਨਹੀਂ ਕਰਦੇ ਜੀ, ਕੁਛ ਬੱਚਿਆਂ ਨੂੰ ਜੇ ਤੁਸੀਂ ਕਹੋ ਉਹ ਮੂਹਰਿਓਂ ਟੁੱਟ ਕੇ ਪੈ ਜਾਂਦੇ ਆ, ਪੇਰੈਂਟਸ ਨਾਲ ਲੜਾਈ ਝਗੜਾ ਕਰਦੇ ਆ ਜੀ। ਜਦੋਂ ਪੇਰੈਂਟਸ ਕਹਿੰਦੇ ਆ ਵੀ ਤੁਹਾਡੇ ਕੋਲ ਹਜੇ ਲਾਇਸੈਂਸ ਨਹੀਂ ਗਾ, ਗੱਡੀ ਨਹੀਂ ਲੈ ਕੇ ਜਾਣੀ, ਉਹ ਚੁੱਪ ਕਰਕੇ ਰਾਤ ਨੂੰ ਜਦੋਂ ਮਾਪੇ ਸੁੱਤੇ ਪਏ ਹੁੰਦੇ ਆ ਚਾਬੀਆਂ ਚੱਕ ਕੇ ਅਤੇ ਗੱਡੀ ਚਲਾ ਕੇ ਅਤੇ ਖਾਲੀ ਕਰਕੇ ਪੈਟਰੋਲ ਦੀ ਟੈਂਕੀ 'ਤੇ ਖੜੀ ਕਰ ਦਿੰਦੇ ਆ। ਇਹਨੂੰ ਆਪਾਂ ਹੁਣ ਦੋ ਤਰੀਕੇ ਨਾਲ ਦੇਖ ਸਕਦੇ ਹਾਂ। ਇੱਕ ਤਾਂ ਆਪਾਂ ਦੇਖ ਸਕਦੇ ਹਾਂ ਕਿ ਸਾਡਾ ਬੱਚਾ ਵਿਗੜਿਆ ਹੋਇਆ, ਇਹਨੂੰ ਕੋਈ ਪ੍ਰੋਬਲਮ ਨਹੀਂ ਗੀ ਇਹ ਵਿਗੜਿਆ ਹੋਇਆ, ਜਾਂ ਆਪਾਂ ਇਸ ਵਿਗੜੇ ਹੋਏ ਬੱਚੇ ਨੂੰ ਗੱਲਾਂ ਬਾਤਾਂ ਦੇ ਰਾਹੀਂ ਸਮਝਾ ਕੇ ਅਸੀਂ ਇਹਨੂੰ ਠੀਕ ਕਰ ਲਾਂਗੇ ਜੀ। ਲੇਕਿਨ ਅਗਰ ਗੱਲਾਂ ਬਾਤਾਂ ਦੇ ਸਮਝਾਉਣ ਦੇ ਬਾਵਜੂਦ ਵੀ ਉਹ ਠੀਕ ਨਾ ਹੋਵੇ ਜੀ,
ਉਦੋਂ ਹੁਣ ਆਪਾਂ ਨੂੰ ਇਹ ਧਿਆਨ 'ਚ ਰੱਖਣਾ ਪੈਣਾ ਵੀ ਇਹ ਨਾ ਹੋਵੇ ਕਿ ਇਸ ਬੱਚੇ ਨੂੰ ਕੋਈ ਮਾਨਸਿਕ ਪਰੇਸ਼ਾਨੀ ਆ, ਤਾਂ ਕਰਕੇ ਇਹ ਆਏ ਆ। ਕਿਉਂਕਿ ਜਿਹੜੀ ਮੈਂਟਲ ਹੈਲਥ ਹੁੰਦੀ ਆ ਉਹ ਸਮਝਾਇਆ ਸਮਝਦੀ ਨਹੀਂ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਕੁਛ ਹੋਰ ਚੱਲ ਰਿਹਾ। ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਉਹਨਾਂ ਦਾ ਦਿਮਾਗ ਕਿਸੇ ਹੋਰ ਚੀਜ਼ ਨੂੰ ਉਹਨੂੰ ਕਿਸੇ ਹੋਰ ਤਰ੍ਹਾਂ ਇੰਟਰਪ੍ਰੇਟ ਕਰਦਾ। ਉਸ ਸੈਂਸ ਦੇ ਵਿੱਚ ਇਹ ਇਹ ਜਿਹੜੇ ਬੱਚੇ ਆ ਉਹ ਆਮ ਤੌਰ 'ਤੇ ਉਹਨਾਂ ਦੇ ਜਿਹੜੇ ਛੋਟੇ ਹੁੰਦਿਆਂ ਦੇ ਲੱਛਣ ਹੁੰਦੇ ਆ, ਜਿਹੜੇ 14 ਤੋਂ ਲੈ ਕੇ ਅਤੇ 18 ਸਾਲ ਦੇ ਵਿੱਚ ਜਿਹੜੇ ਲੱਛਣ ਹੁੰਦੇ ਆ ਉਹ ਵਿਗੜੇ ਹੋਏ ਬੱਚੇ ਵਰਗੇ ਹੁੰਦੇ ਆ। ਹਾਂਜੀ, ਸੋ ਤੁਹਾਡੇ ਕਹਿਣ ਤੋਂ ਭਾਵ ਵੀ ਆਪਾਂ ਨੂੰ ਰੈਕੋਗਨਾਈਜ਼ ਕਰਨਾ ਬਹੁਤ ਹਾਰਡ ਹੋ ਜਾਂਦਾ ਐਜ਼ ਏ ਮਾਪੇ, ਕਿਉਂਕਿ ਆਪਾਂ ਨੂੰ ਲੱਗਦਾ ਵੀ ਇਹਦਾ ਬਿਹੇਵੀਅਰ ਇਹਦਾ, ਪਰ ਐਕਚੁਅਲ ਦੇ ਵਿੱਚ ਉਹ ਮੈਂਟਲ ਹੈਲਥ ਇਸ਼ੂਜ਼ ਹੁੰਦੇ ਆ। ਹੁਣ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਨੇ ਪ੍ਰੋਫੈਸ਼ਨਲ ਦੀ ਹੈਲਪ ਤਾਂ ਆਪਾਂ ਨੂੰ ਇਹ ਠੀਕ ਦੱਸ ਸਕਦੀ ਆ, ਉਹ ਅਸੈਸ ਕਰਕੇ ਦੱਸ ਸਕਦੇ ਨੇ, ਡਾਕਟਰ ਦੱਸ ਸਕਦਾ, ਸਾਈਕੋਲੋਜਿਸਟ ਜਾਂ ਕਾਉਂਸਲਰ ਤੁਹਾਨੂੰ ਉਹ ਦੱਸ ਸਕਦੇ ਨੇ, ਪਰ ਐਜ਼ ਏ ਪੇਰੈਂਟ ਸਾਨੂੰ ਤਾਂ ਪਤਾ ਲੱਗਣਾ ਨਹੀਂ ਗਾ, ਕਿਉਂਕਿ ਸਾਡੇ ਤਾਂ ਹੋਰ ਹੀ ਇਸ਼ੂ ਚੱਲ ਰਹੇ ਨੇ ਬੱਚਿਆਂ ਦੇ ਨਾਲ। ਬਿਲਕੁਲ ਜੀ, ਖਾਸ ਕਰਕੇ ਨਲੇਬ ਜੀ ਹੋਰ ਵੀ ਮੁਸ਼ਕਲ ਹੋ ਜਾਂਦਾ ਜੇ ਆਪ ਕਿਸੇ ਪਰਿਵਾਰ ਦੇ ਵਿੱਚ 2 ਜਾਂ 3 ਬੱਚੇ ਆ ਅਤੇ ਬਾਕੀ ਦੇ ਸਾਰੇ ਬੱਚੇ ਠੀਕ ਆ ਅਤੇ ਉਹੀ ਇੱਕ 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 ਇਹੋ ਜਿਹੀਆਂ ਹਰਕਤਾਂ ਕਰਦਾ, ਫਿਰ ਆਪਾਂ ਨੂੰ ਇਹ ਲੱਗਦਾ ਵੀ ਇਹ ਵਿਗੜਿਆ ਹੋਇਆ, ਇਹਨੂੰ ਅਸੀਂ ਜਾਂ ਜ਼ਿਆਦਾ ਪਿਆਰ ਕਰਕੇ ਵਿਗਾੜ ਲਿਆ ਜਾਂ ਅਸੀਂ ਇਹਨੂੰ ਘੱਟ ਪਿਆਰ ਕਰਕੇ ਵਿਗਾੜ ਲਿਆ। ਜਾਣੀ ਇਹ ਆਪਣੇ ਆਪਾਂ ਇੱਕ ਸ਼ਬਦ ਯੂਜ਼ ਕਰਦੇ ਹਾਂ, ਇਹ ਚਾਮਲ ਗਿਆ ਚਾਮਲ ਗਿਆ। ਮੈਂ ਕਹਿੰਦਾ ਵੀ ਇੱਕ ਇੱਕ ਤੁਸੀਂ 6 ਮਹੀਨੇ ਸਾਲ ਦਾ ਇੱਕ ਕੋਈ ਟਾਈਮ ਪੀਰੀਅਡ ਰੱਖ ਲਓ, ਉਹਦੇ 'ਚ ਤੁਸੀਂ ਜਿੰਨਾ ਸਮਝਾ ਕੇ ਦੇਖਣਾ, ਜਿੰਨਾ ਪਿਆਰ ਕਰਕੇ ਦੇਣਾ, ਜਿੰਨਾ ਤੁਸੀਂ ਆਪਣੀਆਂ ਟੈਕਨੀਕਸ ਹੈਗੀਆਂ ਤੁਹਾਡੇ ਕੋਲ ਸਾਰੀਆਂ ਲਾ ਕੇ ਦੇਖ ਲਓ, ਜੇ ਤਾਂ ਹੋ ਗਿਆ ਠੀਕ ਫਿਰ ਤਾਂ ਇਹਦਾ ਮਤਲਬ ਉਹਨੂੰ ਕੋਈ ਮਾਨਸਿਕ ਪਰੇਸ਼ਾਨੀ ਨਹੀਂ ਗੀ। ਜੇ ਤੁਹਾਡੀ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਉਹਦੀਆਂ ਹਰਕਤਾਂ ਉਸੇ ਤਰ੍ਹਾਂ ਹੀ ਰਹਿੰਦੀਆਂ, ਫਿਰ ਮੇਰਾ ਖਿਆਲ 'ਚ ਪ੍ਰੋਫੈਸ਼ਨਲ ਦੇ ਨਾਲ ਗੱਲ ਕਰ ਲੈਣੀ ਚਾਹੀਦੀ ਆ ਵੀ ਅਸੀਂ ਆਪਣੇ ਵੱਲੋਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਵੀ ਕਿਤੇ ਇਹਨੂੰ ਕੋਈ ਮਾਨਸਿਕ ਪਰੇਸ਼ਾਨੀ ਤਾਂ ਨਹੀਂ ਗੀ, ਵੀ ਇਹ ਤਾਂ ਸਾਡੀ ਗੱਲ ਹੀ ਨਹੀਂ ਸੁਣਦਾ, ਇਹ ਤਾਂ ਮੁੜ ਕੇ ਕੰਮ ਖਰਾਬ ਹੋਈ ਜਾਂਦਾ। ਹੁਣ ਪਹਿਲਾਂ ਇਹ ਗ੍ਰੇਡ 10 'ਚ ਸੀਗਾ, ਹੁਣ ਇਹ ਗ੍ਰੇਡ 11 'ਚ ਆ, ਉਹੀ 11 'ਚ ਵੀ ਕਰੀ ਜਾਂਦਾ ਅਤੇ ਫਿਰ ਇਹ 12 'ਚ ਹੋ ਗਿਆ, ਹੁਣ 12 'ਚ ਵੀ ਕਰੀ ਜਾਂਦਾ, ਅਤੇ ਇਸ ਹਿਸਾਬ ਨਾਲ ਤਾਂ ਇਹਨੇ ਯੂਨੀਵਰਸਿਟੀ ਜਾਣਾ ਹੀ ਨਹੀਂ। ਉਦੋਂ ਮੇਰਾ ਖਿਆਲ 'ਚ ਸਾਨੂੰ ਇਹ ਦੇਖ ਲੈਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਅਸੀਂ ਪ੍ਰੋਫੈਸ਼ਨਲ ਹੈਲਪ ਲੈ ਕੇ ਉਹਦੀ ਅਸੈਸਮੈਂਟ ਕਰ ਸਕਦੇ ਹਾਂ ਵੀ ਇਹਨੂੰ ਕੀ ਪ੍ਰੋਬਲਮ ਆ। ਜਿਵੇਂ ਹੁਣ ਫਾਰ ਐਗਜ਼ਾਮਪਲ ਰੀਸਰਚ ਇਹ ਦੱਸਦੀ ਆ ਕਿ ਅਗਰ ਬੱਚਾ ਨਸ਼ੇ ਕਰੇ ਜੀ, ਔਰ ਇੱਕ ਨਸ਼ਾ ਜਿਹੜਾ ਮਤਲਬ ਕਿ ਬੱਚੇ ਆਮ ਕਰਦੇ ਆ ਉਹ ਹੈਗਾ ਮੈਰੂਆਨਾ ਦਾ। ਹੁਣ ਰੀਸਰਚ ਇਹ ਕਹਿੰਦੀ ਆ ਕਿ ਮੈਰੂਆਨਾ ਨਾਲ ਮੈਂਟਲ ਹੈਲਥ ਦੀ ਬਿਮਾਰੀਆਂ ਸ਼ੁਰੂ ਹੋ ਸਕਦੀਆਂ, ਡਿਪੈਂਡ ਕਰਦਾ ਕਿ ਇੱਕ ਬੱਚਾ ਕਿੰਨੀ ਛੋਟੀ ਉਮਰ 'ਚ ਉਹਨੂੰ ਯੂਜ਼ ਕਰਦਾ ਅਤੇ ਕਿੰਨੀ ਕੁਆਂਟਿਟੀ 'ਚ ਯੂਜ਼ ਕਰਦਾ। ਹੁਣ ਜੇ ਬੱਚਾ ਛੋਟੀ ਉਮਰ 'ਚ ਉਹਨੂੰ ਯੂਜ਼ ਕਰਨ ਲੱਗ ਗਿਆ ਅਤੇ ਬਾਹਲਾ ਯੂਜ਼ ਕਰਨ ਲੱਗ ਗਿਆ ਔਰ ਤੁਹਾਨੂੰ ਐਜ਼ ਏ ਪੇਰੈਂਟਸ ਪਤਾ ਹੀ ਨਹੀਂ ਲੱਗਿਆ, ਤਾਂ ਇਹ ਹੋ ਸਕਦਾ ਕਿ ਉਹਨੂੰ ਕੋਈ ਨਾ ਕੋਈ ਮੈਂਟਲ ਹੈਲਥ ਪਰੇਸ਼ਾਨੀ ਹੋ ਜਾਵੇ ਔਰ ਉਹਨੂੰ ਸਾਈਕੋਸਿਸ ਹੋ ਜਾਵੇ ਅਤੇ ਉਹਨੂੰ ਆਪਾਂ ਨੂੰ ਜਾਣੀ ਸੀਰੀਅਸ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਹੋ ਜਾਣ। ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਅਗਰ ਤੁਸੀਂ ਕਹੋਗੇ ਵੀ ਤੂੰ ਮੈਰੂਆਨਾ ਬਿਲਕੁਲ ਨਹੀਂ ਸਮੋਕ ਕਰਨਾ, ਤੂੰ ਬੰਦ ਕਰ ਦੇ, ਉਹਨਾਂ ਨੇ ਬਿਲਕੁਲ ਨਹੀਂ ਤੁਹਾਡੀ ਗੱਲ ਮੰਨਣੀ ਜੇ ਉਹਨੂੰ ਆਲਰੇਡੀ ਸਾਈਕੋਸਿਸ ਡਿਵੈਲਪ ਹੋ ਗਿਆ ਤਾਂ। ਉਹਨੇ ਕਹਿਣਾ ਵੀ ਨਾ ਬਿਲਕੁਲ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਇਹ ਤਾਂ ਮੈਂ ਜਦੋਂ ਮੇਰਾ ਜੀ ਕਰੂਗਾ ਮੈਂ ਛੱਡ ਸਕਦਾ, ਇਹ ਤਾਂ ਮਾਈਨਰ ਆ, ਇਹ ਤਾਂ ਸਾਰੇ ਬੱਚੇ ਕਰਦੇ ਹੁੰਦੇ ਆ, ਕਨੇਡਾ 'ਚ ਇਹ ਲੀਗਲ ਹੋਣ ਵਾਲਾ, ਤੁਸੀਂ ਬਿਲਕੁਲ ਨਾ ਵਰੀ ਕਰੋ, ਇਹ ਕੁਛ ਨਹੀਂ, ਤੁਸੀਂ ਐਵੇਂ ਜੀ ਪਹਾੜ ਦਾ ਰਾਈ ਦਾ ਪਹਾੜ ਬਣਾ ਲੈਂਦੇ ਹੋ, ਇਹੋ ਜਿਹੀਆਂ ਗੱਲਾਂ ਕਰਕੇ ਉਹ ਤੁਹਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੂਗਾ। ਲੇਕਿਨ ਕੀ ਨਸ਼ਿਆਂ ਤੋਂ ਮਾਨਸਿਕ ਪਰੇਸ਼ਾਨੀਆਂ ਵੱਧਦੀਆਂ? ਬਿਲਕੁਲ ਟਰੂ ਆ। ਔਰ ਜਿਹੜੇ ਬੱਚਿਆਂ ਨੂੰ ਥੋੜ੍ਹੀ ਬਹੁਤੀ ਮਾਨਸਿਕ ਪਰੇਸ਼ਾਨੀ ਹੁੰਦੀ ਆ ਉਹ ਆਪਣੀ ਥੋੜ੍ਹੀ ਬਹੁਤੀ ਮਾਨਸਿਕ ਪਰੇਸ਼ਾਨੀ ਨੂੰ ਜ਼ਿਆਦਾ ਮਾਨਸਿਕ ਪਰੇਸ਼ਾਨੀ ਬਣਾ ਲੈਂਦੇ ਆ ਨਸ਼ਿਆਂ ਦੇ ਵਿੱਚ ਪੈ ਕੇ, ਕਿਉਂਕਿ ਇਹ ਨਾਲ ਮਿਲਦੀਆਂ ਜੁਲਦੀਆਂ, ਕਿਉਂਕਿ ਉਹਨੂੰ ਮਾਨਸਿਕ ਪਰੇਸ਼ਾਨੀ ਆ, ਉਹਨੇ ਨਸ਼ੇ ਕਰਨੇ ਆ, ਉਹ ਜਦੋਂ ਨਸ਼ੇ ਕਰਦਾ ਤਾਂ ਉਹਦੇ ਨਾਲ ਮਾਨਸਿਕ ਪਰੇਸ਼ਾਨੀਆਂ ਵੱਧਦੀਆਂ, ਜਿਉਂ ਜਿਉਂ ਨਸ਼ੇ ਵੱਧਦੇ ਆ ਤਿਉਂ ਤਿਉਂ ਮਾਨਸਿਕ ਪਰੇਸ਼ਾਨੀਆਂ ਵੱਧਦੀਆਂ, ਅਤੇ ਉਸੇ ਉਨੀ ਮਕਦਾਰ ਦੇ ਵਿੱਚ ਉਹਨਾਂ ਦੇ ਮਾਪਿਆਂ ਦੇ ਨਾਲ ਤਾਲਮੇਲ ਰਿਸ਼ਤਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਅਤੇ ਇੱਕ ਟਾਈਮ ਆਉਂਦਾ ਜਦੋਂ ਮਾਪਿਆਂ ਦੇ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ, ਕਿਉਂਕਿ ਉਹ ਭੰਨ ਤੋੜ ਕਰਦਾ ਘਰ ਦੇ ਵਿੱਚ, ਉੱਚੀ ਬੋਲਦਾ, ਆਪਣੇ ਭੈਣਾਂ ਭਰਾਵਾਂ ਦੇ ਨਾਲ ਗੱਲਬਾਤ ਨਹੀਂ ਕਰਦਾ, ਮਾਪਿਆਂ ਨਾਲ ਕੋਈ ਗੱਲਬਾਤ ਨਹੀਂ ਕਰਦਾ, ਚੀਜ਼ਾਂ ਨੂੰ ਲੁਕੋ ਲੈਂਦਾ, ਚੱਕ ਕੇ ਵੇਚ ਦਿੰਦਾ, ਸਕੂਲ 'ਚ ਉਹਦਾ ਪੜ੍ਹਨ ਨੂੰ ਟਾਈਮ ਜੀ ਨਹੀਂ ਕਰਦਾ, ਕਿਸੇ ਦੇ ਜਾਣ ਆਉਣ ਨੂੰ ਜੀ ਨਹੀਂ ਕਰਦਾ, ਜਾਂ ਉਹ ਆਪਣੇ ਕਮਰੇ 'ਚ ਬੰਦ ਰਹਿੰਦਾ। ਆਹ ਜਿਹੜੇ ਸਾਰੇ ਹੁਣ ਆਪਾਂ ਨੇ ਲੱਛਣ ਡਿਸਕ੍ਰਾਈਬ ਕੀਤੇ ਆ, ਇਹ ਮੇਰਾ ਖਿਆਲ 'ਚ ਪ੍ਰੋਫੈਸ਼ਨਲ ਹੈਲਪ ਤੋਂ ਬਿਨਾਂ ਹੁਣ ਤੁਸੀਂ ਸੋਲਵ ਨਹੀਂ ਕਰ ਸਕੋਗੇ।
ਬਲਦੇਵ ਜੀ, ਜਦੋਂ ਆਪਾਂ ਪ੍ਰੋਫੈਸ਼ਨਲ ਹੈਲਪ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਸਾਨੂੰ ਬਾਹਰ ਜਾਣਾ ਪਊਗਾ, ਕਿਸੇ ਏਜੰਸੀ ਦੇ ਕੋਲ ਜਾਣਾ ਪਊਗਾ, ਜਾਂ ਸਾਨੂੰ ਕਿਸੇ ਆਪਣੇ ਫੈਮਿਲੀ ਡਾਕਟਰ ਨਾਲ ਗੱਲਬਾਤ ਕਰਨੀ ਪਊਗੀ, ਫੈਮਿਲੀ ਡਾਕਟਰ ਗਾਂ ਫਿਜੀਸ਼ੀਅਨ ਕੋਲ ਜਾਂ ਸਾਈਕੈਟ੍ਰਿਸਟ ਕੋਲ ਜਾਂ ਸਪੈਸ਼ਲਿਸਟ ਕੋਲ ਭੇਜੇਗਾ। ਸੋ ਉਹਦੇ ਵਿੱਚ ਜਿਹੜਾ ਮਾਪਿਆਂ ਨੂੰ ਖਾਸ ਕਰਕੇ ਜ਼ਿਆਦਾ ਡਰ ਹੁੰਦਾ ਕਿ ਸਾਡੇ ਬੱਚੇ ਦਾ ਜਿਹੜਾ ਭਵਿੱਖ ਆ ਵੀ ਉਹ ਖਰਾਬ ਨਾ ਹੋ ਜਾਵੇ, ਇਹਦਾ ਰੈਕਡ ਨਾ ਬਣ ਜਾਵੇ, ਵੀ ਜੇ ਇਹਦਾ ਰੈਕਡ ਬਣ ਗਿਆ ਇਹਨੂੰ ਕਿਤੇ ਚੰਗੀ ਜੋਬ ਨਹੀਂ ਮਿਲਣੀ, ਇਹ ਚੰਗੀ ਐਜੂਕੇਸ਼ਨ ਨਹੀਂ ਲੈ ਸਕਦਾ। ਸੋ ਇਹ ਸਾਰਾ ਜਿਹੜਾ ਇੱਕ ਸਟਿਗਮਾ ਜੁੜਿਆ ਹੋਇਆ ਇਹਦੇ ਨਾਲ, ਮੈਂਟਲ ਹੈਲਥ ਦੇ ਨਾਲ। ਸੋ ਇਹਦੇ ਬਾਰੇ ਤੁਸੀਂ ਪੇਰੈਂਟਸ ਨੂੰ ਕੀ ਰਾਏ ਦੇਣਾ ਚਾਹੋਗੇ ਕਿ ਜਿਹੜੇ ਟੀਨੇਜਰ ਬੱਚੇ ਹੈਗੇ ਆ ਵੀ ਉਹਨਾਂ ਦਾ ਵਾਕਈ ਇਸ ਤਰ੍ਹਾਂ ਰੈਕਡ ਬਣ ਕੇ ਅਤੇ ਉਹਨਾਂ ਦਾ ਕੈਰੀਅਰ ਖਰਾਬ ਹੋ ਜਾਂਦਾ, ਕਿ ਜਾਂ ਉਹਨਾਂ ਦਾ ਇਹ ਡਰ ਆ ਜੀ? ਦੇਖੋ, ਮੈਂ ਇਹ ਚੀਜ਼ ਬੜੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਕੈਨੇਡਾ ਦੇ ਵਿੱਚ ਅਗਰ ਤੁਹਾਨੂੰ ਮੈਂਟਲ ਹੈਲਥ ਦੀ ਕੋਈ ਪ੍ਰੋਬਲਮ ਆ, ਤੁਹਾਡੀ ਬਿਲਕੁਲ ਕਰੀਅਰ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਵਟਸੋ ਐਵਰ ਜੀ, ਇਹਦਾ ਕੋਈ ਅਸਰ ਨਹੀਂ ਪੈਂਦਾ। ਅਗਰ ਆਪਾਂ ਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਆ, ਆਪਾਂ ਉਹਦੀ ਦਵਾਈ ਲੈਂਦੇ ਹਾਂ, ਆਪਾਂ ਡਾਕਟਰ ਕੋਲ ਜਾਂਦੇ ਹਾਂ, ਇਹ ਉਸੇ ਤਰ੍ਹਾਂ ਹੀ ਆ ਅਗਰ ਕਿਸੇ ਬੰਦੇ ਨੂੰ ਕੈਂਸਰ ਆ। ਹੁਣ ਜੇ ਕਿਸੇ ਬੰਦੇ ਨੂੰ ਕੈਂਸਰ ਆ ਤਾਂ ਕੈਨੇਡਾ ਦਾ ਹਿਊਮਨ ਰਾਈਟਸ ਜਿਹੜਾ ਕਮਿਸ਼ਨ ਆ, ਜਾਂ ਤੁਹਾਡੇ ਜਿਹੜੇ ਵੀ ਪ੍ਰੋਵਿੰਸ 'ਚ ਆ, ਉਹਨਾਂ ਦਾ ਆਪਣਾ ਇੱਕ ਹਿਊਮਨ ਰਾਈਟਸ ਕਮਿਸ਼ਨ ਹੁੰਦਾ, ਉਹ ਤੁਹਾਨੂੰ ਵਿਤਕਰਾ ਕਰਨ ਤੋਂ ਮਨਾਹੀ ਕਰਦਾ ਕੈਨੇਡਾ 'ਚ। ਤੁਸੀਂ ਇਸ ਕਰਕੇ ਨਹੀਂ ਕਹਿ ਸਕਦੇ ਵੀ ਓਕੇ ਤੁਹਾਨੂੰ ਕੈਂਸਰ ਆ, ਇਸ ਕਰਕੇ ਅਸੀਂ ਤੁਹਾਨੂੰ ਜੋਬ ਹੀ ਨਹੀਂ ਦੇਣੀ, ਸਾਨੂੰ ਕੀ ਪਤਾ ਤੁਸੀਂ ਕਿੰਨੇ ਸਾਲ ਜਿਉਣੇ ਦੇ ਨਾ। ਐਂ ਨਹੀਂ ਆਪਾਂ ਕਰ ਸਕਦੇ, ਆਪਾਂ ਕਿਸੇ ਨੂੰ ਉਹਦੀ ਉਮਰ ਨਹੀਂ ਪੁੱਛ ਸਕਦੇ, ਆਪਾਂ ਉਹਨੂੰ ਇਹ ਨਹੀਂ ਪੁੱਛ ਸਕਦੇ ਵੀ ਤੈਨੂੰ ਮੈਂਟਲ ਹੈਲਥ ਆ, ਜੇ ਤੂੰ ਡਿਪਰੈਸਡ ਆ ਤਾਂ ਅਸੀਂ ਤੈਨੂੰ ਜੋਬ ਨਹੀਂ ਦੇਣੀ, ਇਹ ਅਗੇਂਸਟ ਦਾ ਲਾਅ ਕੈਨੇਡਾ 'ਚ। ਹੁਣ ਉਸ ਸੈਂਸ ਦੇ ਵਿੱਚ ਸਾਨੂੰ ਇਹ ਬੜਾ ਕਲੀਅਰਲੀ ਆ ਕਿ ਜੇ ਅਸੀਂ ਮਦਦ ਨਹੀਂ ਲਵਾਂਗੇ, ਅਸੀਂ ਉਮਰ ਭਰ ਠੀਕ ਨਹੀਂ ਹੋਵਾਂਗੇ, ਇਹ ਹੋ ਸਕਦਾ ਕਿ ਅਸੀਂ ਕੰਮ ਕਰਨ ਜੋਗੇ ਰਹੀਏ ਹੀ ਨਾ। ਐਟਲੀਸਟ ਅਸੀਂ ਜੇ ਦਵਾਈ ਲਵਾਂਗੇ ਤਾਂ ਅਸੀਂ ਕੰਮ ਕਰ ਸਕਦੇ ਹਾਂ, ਅਸੀਂ ਵਿਚਰ ਸਕਦੇ ਹਾਂ। ਔਰ ਬਹੁਤ ਸਾਰੇ ਆਪਣੇ ਕੋਲ ਐਸੇ ਕਲਾਇੰਟਸ ਆਏ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਕੋਲ, ਜਿਹੜੇ ਪਹਿਲਾਂ ਬਿਲਕੁਲ ਕੰਮ ਨਹੀਂ ਸੀ ਕਰਦੇ, ਹੁਣ ਉਹ ਦਵਾਈ ਲੈਂਦੇ ਆ, ਉਹਨਾਂ ਨੇ ਕਾਉਂਸਲਿੰਗ ਲਿੱਤੀ ਆ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਤੌਰ ਤਰੀਕਾ ਚੇਂਜ ਕੀਤਾ, ਔਰ ਉਹਨਾਂ ਨੇ ਬੜੇ ਸੋਹਣੇ ਆਪਣੇ ਵਿਚਰਦੇ ਆ, ਲੋਕਾਂ ਨੂੰ ਪਤਾ ਵੀ ਨਹੀਂ ਗਾ ਵੀ ਇਹ ਉਹੀ ਬੰਦਾ ਜੀ। ਸੋ ਉਸ ਸੈਂਸ 'ਚ ਇਹ ਬਹੁਤ ਇੰਪੋਰਟੈਂਟ ਆ। ਬਲਦੇਵ ਜੀ, ਇੱਕ ਸੀਜ਼ਨਲ ਡਿਪਰੈਸ਼ਨ ਵੀ ਹੁੰਦਾ ਜੀ, ਜਦੋਂ ਮੌਸਮ ਚੇਂਜ ਹੁੰਦਾ, ਵੈਦਰ ਚੇਂਜ ਹੁੰਦਾ, ਉਹ ਦਿਨ ਦਾ ਜਿਹੜਾ ਟਾਈਮ ਦਾ ਜਿਹੜਾ ਵਾਧ ਘਾਟ ਹੁੰਦੀ ਹੈਗੀ ਆ, ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਆਉਂਦੀ ਹੈ ਕਿ ਕਈ ਵਾਰੀ ਅਰਲੀ ਜਦੋਂ ਆਪਾਂ ਸੂਰਜ ਛਿਪਣ ਲੱਗ ਜਾਂਦਾ ਤਾਂ ਉਹਦੇ ਨਾਲ ਵੀ ਜਿਹੜਾ ਇਹਨੂੰ ਸੀਜ਼ਨਲ ਡਿਪਰੈਸ਼ਨ ਕਹਿੰਦੇ, ਕੁਛ ਕੁ ਬੰਦੇ ਇਹਦਾ ਵੀ ਸ਼ਿਕਾਰ ਹੋ ਜਾਂਦੇ ਨੇ, ਪਰ ਉਹ ਸੀਜ਼ਨਲ ਹੀ ਹੁੰਦਾ। ਸੋ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓਗੇ? ਹਾਂਜੀ, ਜਿਨ੍ਹਾਂ ਨੂੰ ਸੀਜ਼ਨਲ ਡਿਪਰੈਸ਼ਨ ਆ, ਹੁਣ ਆਪਣੇ ਵੀ ਇੱਕ ਸਟਾਫ ਹੈਗਾ ਉਹਨੂੰ ਸੀਜ਼ਨਲ ਡਿਪਰੈਸ਼ਨ ਹੁੰਦਾ, ਉਹਨਾਂ ਨੂੰ ਉਸ ਸਟਾਫ ਨੂੰ ਅਸੀਂ ਇੱਕ ਬੋਰਡ ਲਿਆ ਕੇ ਦਿੱਤਾ ਹੋਇਆ ਲਾਈਟ ਵਾਲਾ, ਉਹ ਲਾਈਟ ਔਨ ਕਰ ਲੈਂਦੀ ਆ ਅਤੇ ਉਹਦੇ ਨਾਲ ਉਹਦੀ ਜਿਹੜੀ ਲਾਈਟ ਆ ਉਹ ਲਾਈਟ ਕੁਛ ਇਸ ਤਰੀਕੇ ਦੀ ਆ ਕਿ ਉਸ ਨੂੰ ਉਹ ਲਾਈਟ ਉਹਦੇ ਦਿਮਾਗ ਦੇ ਵਿੱਚ ਉਹਨੂੰ ਲੱਗਦਾ ਵੀ ਮੈਨੂੰ ਬਹੁਤ ਸਾਰੀ ਸੂਰਜ ਦੀ ਰੋਸ਼ਨੀ ਮਿਲ ਰਹੀ ਆ ਅਤੇ ਉਹਦੇ ਨਾਲ ਉਹਨੂੰ ਸੀਜ਼ਨਲ ਡਿਪਰੈਸ਼ਨ ਨਹੀਂ ਹੁੰਦਾ। ਸੋ ਇਹ ਸਪੈਸ਼ਲ ਲਾਈਟ ਹੈ ਜਿਹੜੀ ਤੁਸੀਂ ਕਹਿੰਦੇ ਹੋ? ਹਾਂਜੀ, ਇਹ ਸਪੈਸ਼ਲ ਲਾਈਟ ਆ, ਇਹਨੂੰ ਐਂਟੀ ਡਿਪਰੈਸ਼ਨ ਲਾਈਟ ਕਹਿੰਦੇ ਆ, ਔਰ ਇਹ ਲੱਗਦੀ ਆਮ ਲਾਈਟਾਂ ਵਾਂਗੂ ਹੀ ਹੁੰਦੀ ਆ, ਉਹ ਆਪਣੇ ਕੋਲੇ ਲਾ ਕੇ ਅਤੇ ਤੁਸੀਂ ਉਹਨੂੰ ਔਨ ਕਰ ਦਿਓ, ਬਿਲਕੁਲ ਉਹ ਥੋੜ੍ਹੇ ਜਿਹੇ ਪੈਸਿਆਂ ਦੀ ਆ ਜਾਂਦੀ ਆ, ਉਹ ਤੁਸੀਂ ਉਹਨੂੰ ਤੁਹਾਨੂੰ ਲਾਉਣੀ ਪੈਂਦੀ ਆ। ਜਦੋਂ ਤੁਹਾਨੂੰ ਲੱਗੇ ਕਿ ਅੱਜ ਮੈਨੂੰ ਲੱਗਦਾ ਵੀ ਮੈਂ ਥੋੜ੍ਹਾ ਜਿਹਾ ਚੁੱਪ ਕੀਤਾ ਜਾਂ ਮੈਂ ਮੇਰਾ ਬਿਹੇਵੀਅਰ ਥੋੜ੍ਹਾ ਜਿਹਾ ਸਲੋ ਆ, ਮੇਰੀ ਬੋਡੀ ਸਲੋ ਆ, ਉਦੋਂ ਤੁਸੀਂ ਉਹਨੂੰ ਔਨ ਕਰ ਲੈਂਦੇ ਹੋ, ਤੁਸੀਂ ਸਾਰਾ ਦਿਨ ਨਾਲੇ ਆਪਣਾ ਕੰਮ ਕਰੀ ਚੱਲੋ, ਨਾਲੇ ਉਹ ਤੁਹਾਡੀ ਲਾਈਟ ਜਗੀ ਰਹਿੰਦੀ ਆ, ਜਾਣੀ ਔਨ ਟੋਪ ਆਫ ਜਿਹੜੀਆਂ ਬਾਕੀ ਦੀਆਂ ਲਾਈਟਾਂ ਉਹਦੇ ਤੋਂ ਇਲਾਵਾ ਇਹ ਲਾਈਟ ਜਗਦੀ ਆ। ਸੋ ਇਹ ਸੀਜ਼ਨਲ ਡਿਪਰੈਸ਼ਨ 'ਤੇ ਹੁੰਦੀ ਆ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਸੀਜ਼ਨਲ ਡਿਪਰੈਸ਼ਨ ਮੈਨੂੰ ਹੋਣ ਲੱਗਿਆ, ਜਾਂ ਬਹੁਤ ਜ਼ਿਆਦਾ ਬਰਫ਼ ਪੈ ਰਹੀ ਆ, ਬਹੁਤ ਸਾਰਾ ਬਾਰਿਸ਼ ਹੋ ਰਹੀ ਆ, ਸ਼ਾਮ ਹੋ ਰਹੀ ਆ, ਜਾਂ ਸੀਜ਼ਨ ਚੇਂਜ ਹੋ ਰਿਹਾ, ਉਦੋਂ ਤੁਹਾਨੂੰ ਸਲਟਨ ਆਪਣੇ ਬਿਹੇਵੀਅਰ 'ਚ ਚੇਂਜ ਕਰਨੇ ਪੈਂਦੇ ਆ। ਤੁਸੀਂ ਵਾਕ ਲਈ ਜਾ ਸਕਦੇ ਹੋ, ਤੁਸੀਂ ਮਾਲ 'ਚ ਜਾ ਸਕਦੇ ਹੋ ਵਾਕ ਲਈ, ਕਿਉਂਕਿ ਊਂ ਤਾਂ ਕਈ ਵਾਰੀ ਆਪਾਂ ਨੂੰ ਆਪਣਾ ਜੀ ਨਹੀਂ ਕਰਦਾ ਜਦੋਂ ਬਰਫ਼ ਪੈ ਰਹੀ ਹੋਵੇ ਜਾਂ ਬਰਫ਼ ਪੈ ਚੁੱਕੀ ਆ, ਉਦੋਂ ਬੈਟਰ ਹੁੰਦਾ ਕਿ ਆਪਾਂ ਕਿਸੇ ਮਾਲ 'ਚ ਚਲੇ ਜਾਈਏ ਅਤੇ ਮਾਲ ਦੇ ਵਿੱਚ ਵਾਕ ਕਰ ਲਈਏ। ਸੋ ਆਪਣੇ ਆਪ ਨੂੰ ਥੋੜ੍ਹਾ ਜਿਹਾ ਆਪਾਂ ਨੂੰ ਆਪਣੀ ਜ਼ਿੰਦਗੀ ਨੂੰ ਆਪਾਂ ਉਸ ਹਿਸਾਬ ਨਾਲ ਆਪਾਂ ਨੂੰ ਐਡਜਸਟ ਕਰਨਾ ਪੈਂਦਾ, ਇੱਕ ਇਹ ਆ। ਦੂਸਰਾ, ਇਹਦੇ ਨਾਲ ਸੀਜ਼ਨਲ ਡਿਪਰੈਸ਼ਨ ਦੇ ਨਾਲ ਨਾਲ ਜਦੋਂ ਕਈ ਔਰਤਾਂ ਮਾਂ ਬਣਦੀਆਂ, ਉਦੋਂ ਉਹਨਾਂ ਨੂੰ ਪੋਸਟਪਾਰਟਮ ਡਿਪਰੈਸ਼ਨ ਵੀ ਹੋ ਜਾਂਦਾ, ਯਾਨੀ ਜਦੋਂ ਬੇਬੀ ਹੁੰਦਾ, ਬੇਬੀ ਹੋਣ ਤੋਂ ਇਮੀਜੀਏਟਲੀ ਬਾਅਦ, ਕਿਉਂਕਿ ਉਹਨਾਂ ਦੇ ਬੋਡੀ ਦੇ ਹਾਰਮੋਨਸ ਚੇਂਜ ਹੁੰਦੇ ਆ,
ਇਹ ਹੋ ਸਕਦਾ ਕਿ ਉਹਨਾਂ ਨੂੰ ਡਿਪਰੈਸ਼ਨ ਹੋ ਜੇ ਅਤੇ ਉਹ ਡਿਪਰੈਸ਼ਨ ਇੰਨਾ ਜ਼ਿਆਦਾ ਸਵੀਅਰ ਹੋ ਜੇ ਕਿ ਉਹ ਆਪਣੀ ਬੇਬੀ ਨੂੰ ਚੱਕਣ ਵੀ ਨਾ ਅਤੇ ਉਹ ਉਹਨੂੰ ਬੇਬੀ ਨੂੰ ਦੁੱਧ ਵੀ ਨਾ ਪਿਲਾਉਣ, ਉਹਨੂੰ ਚੇਂਜ ਵੀ ਨਾ ਕਰਨ, ਉਹਨੂੰ ਨਵਾਉਣ ਵੀ ਨਾ, ਅਤੇ ਜਿਹੜੇ ਘਰ ਦੇ ਹੁੰਦੇ ਆ ਹੋਰ ਮੈਂਬਰਸ ਹੁੰਦੇ ਆ ਉਹਨਾਂ ਨੂੰ ਬੜਾ ਅਜੀਬ ਲੱਗਦਾ ਵੀ ਹੈ ਇੱਕ ਇਹੋ ਜਿਹੀ ਮਾਂ ਇਹ ਕੁਛ ਕੰਮ ਹੀ ਨਹੀਂ ਕਰਦੀ। ਲੇਕਿਨ ਉਹ ਇਸ ਕਰਕੇ ਨਹੀਂ ਕਰ ਰਹੀ ਕਿਉਂਕਿ ਉਹਨੂੰ ਪੋਸਟਪਾਰਟਮ ਡਿਪਰੈਸ਼ਨ ਆ। ਉਦੋਂ ਵੀ ਜਿਹੜੀਆਂ ਡਾਕਟਰਸ ਹੈਗੇ ਆ ਉਹ ਪਬਲਿਕ ਹੈਲਥ ਨਰਸਿਸ ਨੂੰ ਦੱਸਦੇ ਆ, ਪਬਲਿਕ ਹੈਲਥ ਨਰਸਿਸ ਫਿਰ ਘਰ ਆਉਂਦੀਆਂ ਅਤੇ ਫਿਰ ਉਹ ਮਦਰ ਦੇ ਨਾਲ ਗੱਲ ਕਰਕੇ ਅਤੇ ਯੂਜੁਅਲੀ ਇਹ ਅਪਰੋਕਸੀਮੇਟਲੀ 3 to 6 ਮਹੀਨੇ ਦੇ ਵਿੱਚ ਵਿੱਚ ਉਹ ਠੀਕ ਕਰ ਲੈਂਦੇ ਆ ਨਰਸਿਸ ਉਹਦੇ ਨਾਲ ਗੱਲਬਾਤ ਕਰਕੇ। ਸੋ ਇਹ ਬਕਾਇਦਾ ਇਹ ਸਰਟਨ ਜਿਹੜੀਆਂ ਕੰਡੀਸ਼ਨਸ ਆ ਇਹ ਰੈਕਗਨਾਈਜ਼ ਹੋ ਚੁੱਕੀਆਂ ਸਾਇੰਸ ਵੱਲੋਂ। ਪੋਸਟਪਾਰਟਮ ਡਿਪਰੈਸ਼ਨ ਵੀ ਰੈਕਗਨਾਈਜ਼ ਹੋ ਚੁੱਕਿਆ, ਸੀਜ਼ਨਲ ਡਿਪਰੈਸ਼ਨ ਵੀ ਰੈਕਗਨਾਈਜ਼ ਹੋ ਚੁੱਕਿਆ, ਫਿਰ ਆਪਾਂ ਨੂੰ ਫਿਕਰ ਹੋ ਜਾਂਦਾ, ਐਂਗਜ਼ਾਇਟੀ ਹੋ ਜਾਂਦੀ ਆ, ਇਹ ਵੀ ਰੈਕਗਨਾਈਜ਼ ਹੋਇਆ ਹੋਇਆ। ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਨੂੰ ਇਸ ਤਰੀਕੇ ਨਾਲ ਅੰਡਰਸਟੈਂਡ ਕਰਨਾ ਚਾਹੀਦਾ ਜਿਵੇਂ ਆਪਾਂ ਨੂੰ ਖੰਘ ਹੋ ਜਾਂਦੀ ਆ, ਆਪਣਾ ਗਲਾ ਖਰਾਬ ਹੋ ਜਾਂਦਾ, ਆਪਣੇ ਕੰਨ ਦੁਖਣ ਲੱਗ ਜਾਂਦੇ ਆ ਜਾਂ ਬੁਖਾਰ ਹੋ ਜਾਂਦਾ, ਬਿਲਕੁਲ ਉਸੇ ਤਰ੍ਹਾਂ ਹੀ ਇਹ ਉਸੇ ਕੰਪੈਰੀਜ਼ਨ ਦੇ ਵਿੱਚ ਅੱਜ ਕੱਲ੍ਹ ਆਮ ਜੀ ਗੱਲ ਹੋ ਗਈ ਆ ਇਹ ਜੀ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆ ਰਿਹਾ ਹੋਵੇਗਾ। ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਦੂਜਾ ਹਿੱਸਾ ਮਾਨਸਿਕ ਸਿਹਤ ਦੇ ਨਾਲ ਉਹ ਜਾਰੀ ਰੱਖਾਂਗੇ। ਹੁਣ ਇੱਕ ਵਕਫਾ ਲੈ ਕੇ ਤੁਹਾਨੂੰ ਅਸੀਂ ਦੁਬਾਰਾ ਮਿਲਦੇ ਹਾਂ।